वाहगुरु जी का खालसा, वाहगुरु जी की फतेह जी। साडी इह दर्शी भैण आ जी, कोट दुन्ने के पिंड आ बरनाले दे कोले। इह भैण दी सर्चुलेशन घट रही है, थोड़ी प्रॉब्लम आ, हार्ट दी प्रॉब्लम आ रही है भैण नूं। ते पिछले 4 सालां तों भैण साडे कोले आ। जिवें तुसीं तस्वीरां देखियां, घर दे विच कमरे दे विच बंद सीगी, बाहरों जिंदा लग्या होया सीगा, अंदर ही टॉयलेट, अंदर ही वॉशरूम कर रही सी भैण। ते कंध दे उत्ते अपने बाप दी, भरा दी, दादे दी तस्वीर लगियां, जिहड़े घर दे मर्द सी सारे मर चुके सी। इह ते इहदी मम्मी दोनों जणी सी घर च। इहनूं इत्थे पहुंचाउण तों बाद 7-8 महीनिआं बाद मां भी चल वसी विचारी। ते दर्शी भैण साडे कोले, अरदास करिओ ठीक हो जावे। आपां अज खड़े हां सुपनिआं दे हस्पताल दे विच। सुपनिआं दे हस्पताल विच जिहड़े सेवादार ने वीर, उह वी किसे टाइम मरीज सी, देखो व्हीलचेयर ते बापू जी जा रहे ने। बापू जी की लिख रहे हो, मतलब जिन्हें जिन्हें किन्नी किन्नी रोटी खा ली, डाइट लिख दो है। ठीक है जी, आगे लिखा उपर प्रवीण। अच्छा प्रवीण, अगे अंजलि होगी, जितेंद्र, यानी कि बापू की एक लत है नी। करीब 8-9 महीने बापू इसे हस्पताल च दाखिल रहा। ਪੱਟੀਆਂ ਹੁੰਦੀਆਂ ਸੀ, ਚੀਕਾਂ ਮਾਰਦਾ ਸੀ, ਕੀੜੇ ਪਏ ਹੋਏ ਸੀ ਲੱਤ ਦੇ ਵਿੱਚ। ਨਵਾਂ ਸ਼ਹਿਰ ਤੋਂ ਲੈ ਕੇ ਆਏ ਸੀਗੇ ਹਤੇਸ਼ ਅਰੋੜਾ ਵੀਰ, ਸਾਡੀ ਟੀਮ ਭਰਾ, ਸਾਡਾ ਛੋਟਾ ਵੀਰ ਟੀਮ ਦਾ ਮੈਂਬਰ ਸਾਡਾ, ਉਹ ਲੈ ਕੇ ਆਏ ਸੀ ਬਾਪੂ ਜੀ। ਹਾਂ ਅੰਜਲੀ ਕਿਵੇਂ ਆ, ਖਾਣਾ ਖਾ ਲਿਆ? ਠੀਕ ਆ। ਕਿੰਨੀ ਖਾ ਲਈ ਰੋਟੀ? ਖਿਚੜੀ? ਖਿਚੜੀ ਖਾਧੀ ਆ। ਅੰਜਲੀ ਭੈਣ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਹੀ ਨਹੀਂ ਸਕਦੇ। ਜਦੋਂ ਲੈ ਕੇ ਆਏ ਸੀ ਅੰਜਲੀ ਨੂੰ, ਤੇਰੀ ਮੰਮੀ ਨੂੰ, ਘਰ ਦੇ ਵਿੱਚ ਇੱਕ ਕਮਰੇ 'ਚ ਪਈਆਂ ਸੀ ਦੋਨੇ ਮਾਵਾਂ ਧੀਆਂ, ਜਿਹੜੀ ਕਿ ਇੱਦਾਂ ਚਪਟੀ ਹੁੰਦੀ ਆ, ਉਹ ਇੱਦਾਂ ਹੋ ਗਈ, ਕਿਉਂਕਿ ਇੱਕੋ ਸਾਈਡ 'ਤੇ ਪਈ ਰਹੀ ਅੱਗ, ਸਿਰ 'ਚ ਵੀ, ਮੋਢੇ 'ਚ ਵੀ, ਕੂਹਣੀ 'ਚ ਵੀ, ਇੱਥੇ ਗੋਡੇ 'ਚ, ਪੈਰ 'ਚ, ਸਾਰੇ ਕੀੜੇ ਪਏ ਹੋਏ ਸੀ। ਹੁਣ ਭੈਣ ਠੀਕ ਆ, ਹੁਣ ਤੁਰਨ ਲੱਗ ਗਈ ਹੈ, ਵਾਕਰ ਨਾਲ ਥੋੜ੍ਹਾ ਥੋੜ੍ਹਾ ਤੁਰ ਪੈਂਦੀ ਆ। ਅਤੇ ਆਈ ਨੂੰ ਵੀ ਸਾਡੇ ਕੋਲ ਕਰੀਬ 1.5 ਸਾਲ ਹੋ ਗਿਆ, ਇਹਦੀ ਮੰਮੀ ਵੀ ਠੀਕ ਆ, ਉੱਪਰ ਉੱਪਰਲੀ ਬੋਰਡ 'ਚ ਆ। ਇਹ ਥੱਲੇ ਜਿਹੜੇ ਪੇਸ਼ੈਂਟ ਨੇ, ਜਿਹੜੇ ਥੋੜ੍ਹੇ ਜ਼ਿਆਦਾ ਢਿੱਲੇ ਹੁੰਦੇ ਨੇ, ਉਹ ਮਰੀਜ਼ ਨੇ। ਤੇ ਅੱਜ ਇਹ ਬੱਚਾ, ਕਿੱਥੋਂ ਆਏ ਤੁਸੀਂ? ਪੁੱਚਾ ਕਲਾਂ ਤੋਂ, ਬਠਿੰਡਾ ਤੋਂ, ਪੁੱਚੋ ਕਲਾਂ, ਬਠਿੰਡਾ ਜ਼ਿਲ੍ਹੇ ਤੋਂ। ਇਹ ਬੱਚੇ ਦਾ ਟ੍ਰੀਟਮੈਂਟ ਚੱਲਦਾ ਸਾਡੇ ਕੋਲੇ ਕੈਂਪ ਦੇ ਵਿੱਚ। ਹੁਣ ਕੈਂਪ 'ਚ ਕਈ ਵਾਰੀ ਜਿਹੜਾ ਪੇਸ਼ੈਂਟ ਦੀ ਦਵਾਈ ਚੱਲਦੀ ਆ, ਉਹਨੂੰ ਕੋਈ ਸਮੱਸਿਆ ਆ ਜਾਂਦੀ ਹੈ ਜ਼ਿਆਦਾ ਕੋਈ। ਇਹਨੂੰ ਬੱਚੇ ਨੂੰ ਦਵਾਈ ਖਾਣ ਤੋਂ ਬਾਅਦ ਇੱਕਦਮ ਹੱਥ ਪੈਰ ਮੁੜਨ ਲੱਗ ਗਏ ਸੀਗੇ, ਤੇ ਫਿਰ ਲੈ ਕੇ ਆਉਂਦਾ ਚੈੱਕਅਪ ਲਈ। ਡਾਕਟਰ ਨੇ ਚੈੱਕਅਪ ਕੀਤਾ ਤਾਂ ਉਹਨਾਂ ਨੇ ਕਿਹਾ ਵੀ 1-2 ਦਿਨ ਇੱਥੇ ਰੱਖ ਕੇ ਇਹਨਾਂ ਨੂੰ ਆਪਾਂ ਸਟੇਬਲ ਕਰ ਲੈਂਦੇ ਹਾਂ। ਇੱਧਰ ਸਾਡੀ ਬੇਬੇ ਬਲਵਿੰਦਰ ਕੌਰ ਸੋਨੇ ਦੀ ਮੰਮੀ। ਹਾਂ ਬੇਬੇ, ਤਕੜੀਆਂ, ਹੁਣ ਤਾਂ ਨੀ ਰੋਂਦੀ? ਹੁਣ ਬਲਵਿੰਦਰ ਕੌਰ ਰੋਂਦੀ ਤਾਂ ਨੀ? ਹੁਣ ਮਾਂ ਦਾ ਪੁੱਤ ਸੋਨਾ ਆਇਆ, ਸੋਨੇ। ਤੇ ਉਹੀ ਮਾਂ ਸਾਰਾ ਦਿਨ ਖੁਸ਼ ਰਹਿੰਦੀ ਹੈ ਨਾ, ਜਿਹੜੀ ਮਾਂ ਸਾਰਾ ਦਿਨ ਦਿਨ ਤੇ ਰਾਤ ਰੋਈ ਜਾਂਦੀ ਸੀਗੀ, ਰੋਈ ਜਾਂਦੀ ਸੀ ਸਿਰਫ ਕਿ ਵੀ ਇਹਦਾ ਪੁੱਤ ਆ ਜਾ, ਪੁੱਤ ਆ ਜਾ ਕੇ। ਸੋਨਾ ਮਿੱਟੀ ਹੋ ਗਿਆ ਸੀਗਾ ਇਹ, ਬਸ ਕੀ ਕਹੀਏ, ਹਰ ਵੀਡੀਓ 'ਚ ਕਹਿਣ ਦੀ ਜ਼ਰੂਰਤ ਨਹੀਂ ਕਿ ਬਸ ਮਹਾਰਾਜ ਕਿਰਪਾ ਕਰੇ ਇਹਦੇ 'ਤੇ। ਹੁਣ ਵੀ ਇਹ ਸਵੇਰੇ ਉੱਥੇ ਬਾਹਰ ਬੈਠ ਜਾਂਦਾ, ਮੇਰੇ ਤੋਂ ਪੁੱਛਣ ਆਏ ਨੇ, ਬਾਈ ਮੈਂ ਜਾਵਾਂ, ਮੈਂ ਜਾਇਆ ਵਾਂ, ਮੈਂ ਜਾਵਾਂ, ਮੈਂ ਘਰ ਸਾਫ਼ ਕਰਿਆ ਵਾਂ। ਘਰ ਸਾਫ਼ ਕਰਨ ਦਾ ਤਰੀਕਾ ਇਹਦਾ ਬੜਾ ਜਨੀਕ ਆ, ਵੀ ਜਿੰਨੀਆਂ ਚੀਜ਼ਾਂ ਹੈਗੀਆਂ ਚੱਕ ਕੇ ਵੇਚ ਆਉਂਦਾ, ਘਰ ਸਾਫ਼ ਕਰੀ ਜਾਂਦਾ ਹੈ ਸ਼ਰਾਬ ਪੀ ਪੀ ਕੇ। ਇਹਨੇ ਹਾਸੇ ਵਾਲੀ ਗੱਲ ਨਹੀਂ, ਦੇਖੋ ਇੱਕ ਮਾਂ ਪੁੱਤ ਹੀ ਰਹਿ ਗਏ ਘਰ 'ਚ, ਇਹਦਾ ਭਰਾ ਸੀ ਉਹ ਵੀ ਚੜ੍ਹਾਈ ਕਰ ਗਿਆ, ਬਾਪੂ ਸੀ ਉਹ ਵੀ ਚੜ੍ਹਾਈ ਕਰ ਗਿਆ, ਮਾਂ ਵਿਚਾਰੀ ਚੱਲਣ ਫਿਰਨ ਤੋਂ ਰਹਿ ਗਈ, ਰੁੜਦੀ ਫਿਰਦੀ ਸੀ ਪਿੰਡ ਦੇ ਵਿੱਚ। ਇਹ ਗੁੱਸੇ 'ਚ ਆਇਆ, ਕਈ ਵਾਰੀ ਮਾਂ ਦੇ ਮਾਰਦਾ ਸੀ ਉਹਦੇ ਕੰਨਾਂ ਦੇ ਪੜਦੇ ਪਾੜਦੇ। ਚਲੋ ਸਾਨੂੰ ਮਹਾਰਾਜ ਨੇ ਕਿਰਪਾ ਕਰੀ, ਉੱਥੋਂ ਲੈ ਕੇ ਆਏ ਇਹਨਾਂ ਦਾ ਬੇਨੜਾ ਪਿੰਡ ਆ ਧੂਰੀ ਦੇ ਕੋਲੇ। ਇਹ ਜਦੋਂ ਇੱਥੋਂ ਚਲੇ ਜਾਂਦਾ ਸਾਡੇ ਕੋਲੋਂ, ਫਿਰ ਮਹੀਨਾ ਮਹੀਨਾ 2-2 ਮਹੀਨੇ ਆਉਂਦਾ ਨੀਗਾ, ਫਿਰ ਮਾਂ ਦਿਨ ਭਰ ਰਾਤ ਹੀ ਰੋਂਦੀ ਰਹਿੰਦੀ ਆ। ਹੁਣ ਐਤਕੀ ਬੜਾ ਔਖਾ ਬੁਲਾਇਆ, ਬਹੁਤ ਔਖਾ, ਉਹ ਵੀਰ ਲੈ ਕੇ ਆਏ ਨੇ ਚੱਕ ਕੇ ਇਹਨੂੰ, ਪਹਿਲਾਂ ਵੀ ਲੈ ਕੇ ਆਏ ਸੀ, ਫਿਰ ਦੂਏ ਦਿਨ ਹੀ ਭੱਜ ਗਿਆ ਸੀਗਾ। ਹੁਣ ਐਤਕੀ ਬੜੀਆਂ ਮੁਸ਼ਕਲ ਦੇ ਨਾਲ ਇਹਨੂੰ ਇੱਥੇ ਰੱਖਿਆ ਹੋਇਆ, ਵੀ ਚਲੋ ਤੇਰੀ ਮਾਂ ਦੇ 4 ਸਾਲ ਜਿਹੜੀ ਉਮਰ ਹੈਗੀ ਆ, ਉਹ ਚੰਗੀ ਕੱਟ ਲਵੇ ਵਿਚਾਰੀ ਉਹਨੂੰ। ਬਸ ਅਰਦਾਸ ਕਰਿਓ ਬਲਵਿੰਦਰ ਕੌਰ ਤੇ ਬਲਵਿੰਦਰ ਕੌਰ ਦੇ ਪੁੱਤ ਨੂੰ, ਮਹਾਰਾਜ ਤੰਦਰੁਸਤੀਆਂ ਬਖਸ਼ਣ। ਇੱਧਰ ਬਾਪੂ ਸਤਿ ਸ੍ਰੀ ਅਕਾਲ, ਕਿਵੇਂ? ਸਤਨਾਮ ਬਾਪੂ, ਠੀਕ ਹੋ? ਇਹ ਬਾਪੂ ਸਤਨਾਮ ਸਿੰਘ ਜੀ ਨੇ, ਇੰਜੀਨੀਅਰ ਆ, ਇਲੈਕਟ੍ਰਿਸਿਟੀ ਦੇ ਵਿੱਚ ਇਲੈਕਟ੍ਰੀਕਲ ਦੇ ਇੰਜੀਨੀਅਰ ਨੇ। ਜਿਹੜਾ ਟੀਵੀ ਟਾਵਰ ਬਣਿਆ ਜਲੰਧਰ, ਆਕਾਸ਼ਵਾਣੀ ਜਲੰਧਰ ਵਾਲਾ, ਉਹ ਟੀਵੀ ਟਾਵਰ ਜਦੋਂ ਬਣਿਆ ਸੀਗਾ ਤੇ ਬਾਪੂ ਜੀ ਉੱਥੇ ਇਲੈਕਟ੍ਰੀਕਲ ਦੇ ਇੰਜੀਨੀਅਰ ਸੀਗੇ ਕਿਸੇ ਟਾਈਮ। ਉਸ ਤੋਂ ਬਾਅਦ ਇਹਨਾਂ ਨੇ ਵਿਆਹ ਹੋ ਕੇ, ਇਹਨਾਂ ਦਾ ਇੰਗਲੈਂਡ, ਇਹ ਇੰਗਲੈਂਡ ਚਲੇ ਗਏ। ਇਹਨਾਂ ਨੇ ਮੁੜਨਾ ਸੀ, ਸਾਲ ਦੀ ਛੁੱਟੀ ਲੈ ਕੇ ਗਏ ਸੀ, ਪਰ 6 ਸਾਲ ਉੱਥੋਂ ਮੁੜੇ ਨਹੀਂ।
नौकरी भी चले गई, घर आके कुछ इदा के हालात बने इन्हों के, थोड़े टाइम बाद इन्हों इतने इंडिया आए, जो लत्त कट्टी गई, लत्त कट्टी जाने तो बाद घर के भरावान से भैन का आपस में कलेश हो गया, उन्होंने कोर्ट केस लाता घर के बापू जी कोठी च रहा ग्रीन ग्रीन एवीन्यू है ना ग्रीन पार्क जलंधर जलंधर बस स्टैंड 6 नंबर गेट के सामने बड़ा पौश एरिया बड़ा चंगा उत्थे बापू बहर हूँ करीब 7-8 साल तो झुग्गी पा के रह रहा आपकी कोठी के बहर क्योंकि कोठी के उत्ते भरा ने भरा के रिश्तेदार ने कब्जा किया है तो भैणा ने कोर्ट केस किया है बापू जी ने उतो लैके लत्त कट्टी हुई है एक ना टॉयलेट बाथरूम जा हों प्रोपर अखा चो पानी डिगी जाता दिखाई भी नहीं दिता इन सर्दियाँ गर्मियाँ निकल के गई तो हूँ बापू सतनाम सिंह जी का ट्रीटमेंट चलता अरदास करो गुरु कृपा कर इधर साड़ी शीलो सरीता किवें है हैं पल्ला में गिर जाएगा हाँ पल्ला में तो गिर जाएगा चुन्नी दे लड़ बन ला शीलो माता जी ने भी अखा का ऑपरेशन होया वा जी पर हजे इन्हों की अखा की लाइट वापस नहीं आई हाँ 2023 हुण तकर 8 बंदियां दे ऑपरेट होए अखा दे 7 दी अखा की लाइट आ गई शीलो माता का ऑपरेशन हुण लास्ट होया इन्हों की हजे लाइट नहीं आई अरदास करो माता दी व्याख दी लाइट बार ये दोनों रब वर्गियां दोनों मामा तीया सुनीता बात शीला भैन गुरु कृपा अच्छा डैडी पहले जिंदा रहिंदा सी सोटिया मारिया ने मम्मी दे वादू की ने चाची ने ओ कल्ली रहंदी सी करे करे कोई भी नहीं हुंदा सी उत्ते रहेगा चाचा काम करन जांदा बिजी रहंदा काम करन जांदा सी ओ कुड़दी सी ओ कुड़दी सानु अरे बैठे ने की जनानी का तो कुड़दी सी नीता ओ कर का कुड़दे ने कके बिहार दी गी ओ का बिहार बिहार तो या के लंदी ना ने कौन पापा छुण मग्गे ने अच्छा ओथे तले चाचे ने ब्याह करके ने कोई ना सुनी तेरी मम्मी ने ठीक हो ना इन्हू बाबा जी ने अखा की लाइट दे देनी है फिर ये सारा कुछ करा करूगी दे रोटी बना लें दी मम्मी बना लें दी है तू सब्जी बना लें दी है आलू भी बना लेनी है आलू भी बना ले शीला तू सारा कुछ सब्जी भी इतने फाजिलका तो बहुत तो दोनों मामा तीन साढ़े को आई अलह च पाला बेबे परसा ले ला घर इन्हों का ढिया होया ना बाथरूम ना टॉयलेट उत्थे ही करे जाते अंदर ही कमरे च बेचारिया उत्थे डीएसपी साहब ने अतुल जी अतुल सोनी बॉडी बिल्डर भी ने उन्होंने फिर साढ़े ना संपर्क किया इन्हों मावा धियां साढ़े को पहुंचता किया हूँ उन्होंने घर बना रहे हैं वो बिल्डिंग मान लो बाथरूम किचन रूम पूरा वधिया तैयार करी जाते हैं मिस्त्री लगे हुए ने उत्थे उन्होंने वाइफ भैन जी साढ़े तो अतुल सोनी जी का बहुत धन्यवाद करते हैं जिन्होंने इस मां धी का पड़दा कजन का उपराला किया उन्होंने घर पा लगे महाराज कृपा कर सुनीता का भी हम इलाज चलता कि उन्होंने बहुत ठीक है जिन पहले दिन आई सी बहुत हालात होर तरह के सी शीला का भी साड़ी अखा का ऑपरेशन हो गया मेरी भैन का बस अरदास करे उन्होंने जल्दी जल्दी दिखने लग गए डॉक्टर कहें थोड़े दिन दवाई पावे हौली हौली क्लीयर होगी जी रोशनी कौन लैणा ला जाती है नैना इत नमस्ते ठीक है भेने तेरा नाम की है नाम की तेरा नाम तेरे पिंड का की नाम भैन भी सानू लुधियाने तो बेरका मिल्क प्लांट के कोल नहर के पुल तो मिली सी 3-4 रातों तो बहुत तकलीफ दे भैन उतों लैके आए हूँ बोलती तुतली आ समझ नहीं आती की कह रही है ना अजे तक बारे कुछ नहीं पता लग्या नैना नाम रख्या सी थोड़ा जा समझ के कुछ बार बार जिमें दसदी है इन्ना अंदाजा लग्या भी नाम नैना वा होर कुछ भी नहीं पता लग्या अजे इन्हू भी पहचाने वीडियो में शेयर करो है ना कोई ना नैना घर जाना घर जाना घर जाना बच्चे हैं तेरे बच्चे कहाँ हैं ट्रेन
ਐਦਾਂ ਦੇ ਇਸ਼ਾਰੇ ਕਰਦੀ ਹੈ ਵਾਹਿਗੁਰੂ ਕਿਰਪਾ ਕਰਨ ਹੌਲੀ ਹੌਲੀ ਇੱਕ ਦਿਨ। ਹਾਂ ਸੀਤਾ ਖਾਣਾ ਨਹੀਂ ਖਾਧਾ ਤੂੰ? ਇਹ ਸੀਤਾ ਭੈਣ ਆ ਜੀ, ਇਹਨੂੰ ਭੈਣ ਨੂੰ ਹਰਿਆਣੇ ਤੋਂ ਲੈ ਕੇ ਇਹਨੂੰ ਬਾਪੂ ਪੀਐਸ ਵਧਾਣੀ ਕਿਹੜਾ ਜ਼ਿਲ੍ਹਾ? ਪਠਾਨਕੋਟ ਤੋਂ ਆਇਆ ਸੀ ਨਾ। ਸੀਤਾ ਭੈਣ ਨੂੰ ਵੀ ਕੈਂਪ ਤੇ ਲੈ ਕੇ ਆਇਆ, ਡੈਡੀ ਲੈ ਲਓ ਖਾ ਲਾ ਭੈਣੇ ਰੋਟੀ। ਤੇ ਬਹੁਤ ਜ਼ਿਆਦਾ ਅਪਸੈਟ ਸੀ ਭੈਣ, ਹੁਣ ਬਹੁਤ ਫਰਕ ਆ ਪਹਿਲਾਂ ਨਾਲੋਂ, ਮੈਡੀਸਨ ਚੱਲਦੀ ਹੈ, ਟ੍ਰੀਟਮੈਂਟ ਚੱਲਦਾ, ਅੱਗੇ ਨਾਲੋਂ ਬਹੁਤ ਫਰਕ ਆ ਭੈਣ ਦਾ। ਬਾਪੂ ਰਾਮ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਰਾਮ ਸਿੰਘ ਜੀ ਨੂੰ ਨਾਨਕ ਮੱਤੇ ਤੋਂ ਗੁਰਦੁਆਰਾ ਰੀਠਾ ਸਾਹਿਬ ਤੋਂ ਲੈ ਕੇ ਆਏ ਸੀਗੇ ਵੀਰ। ਬਾਪੂ ਦੇ ਪੈਰਾਂ 'ਚ ਕੀੜੇ ਪਏ ਹੋਏ ਸੀਗੇ, ਅੱਖਾਂ ਦੀ ਲਾਈਟ ਹੈ ਨਹੀਂ ਸੀ, ਸੁਣਦਾ ਵੀ ਬਹੁਤ ਘੱਟ ਆ, ਬਹੁਤ ਉੱਚੀ ਬੋਲਣ 'ਤੇ ਸੁਣਦਾ ਬਾਪੂ ਨੂੰ, ਅਤੇ ਦਿਖਾਈ ਵੀ ਨਹੀਂ ਦਿੰਦਾ, ਸੁਣਦਾ ਵੀ ਨਹੀਂ, ਅਤੇ ਲੱਤਾਂ 'ਚ ਕੀੜੇ ਪਏ ਹੋਏ। ਬਾਪੂ ਜੀ ਪੱਥਰ ਦਾ ਕੰਮ ਕਰਦੇ, ਪੱਥਰ ਦੀ ਰਗੜਾਈ ਦਾ, ਗੁਰੂ ਘਰ ਦੇ ਵਿੱਚ ਰਗੜਾਈ ਕਰਦੇ ਕਰਦੇ ਕਿਤੇ ਦਿਨ ਦੱਸਦੇ ਸੀ ਵੀ ਮੈਂ ਡਿੱਗ ਪਿਆ, ਮੇਰਾ ਮੱਥਾ ਵੱਜਿਆ ਥੱਲੇ ਈਸੀ 'ਤੇ ਪੱਥਰ ਦੀ, ਅਤੇ ਅੰਦਰ ਬਲੀਡਿੰਗ ਹੋ ਗਈ, ਇੰਟਰਨਲ ਬਲੀਡਿੰਗ, ਹੁਣ ਅੱਖਾਂ ਦੀ ਲਾਈਟ ਚਲੇ ਗਈ। ਅਤੇ ਉਸ ਤੋਂ ਬਾਅਦ ਘਰੇ ਗਿਆ, ਘਰਦਿਆਂ ਨੇ ਵੀ ਨਹੀਂ ਰੱਖਿਆ, ਗੁਰੂ ਘਰ ਦੇ ਬਾਹਰ ਹੀ ਆ ਕੇ ਬੈਠ ਗਿਆ, ਉੱਥੇ ਜ਼ਿੰਦਗੀ ਕੱਟੀ ਜਾਂਦਾ ਸੀ। ਹੁਣ ਬਜ਼ੁਰਗ ਹੋ ਗਿਆ ਸੀ, ਚੱਲਣ ਫਿਰਨ ਤੋਂ ਵੀ ਰਹਿ ਗਿਆ ਸੀ, ਪੈਰਾਂ 'ਤੇ ਜ਼ਖਮ ਹੋ ਗਏ ਸੀ, ਕੀੜੇ ਪੈ ਗਏ ਸੀ। ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਪਲੀਏ ਤੋਂ ਲੈ ਕੇ ਆਏ ਬਾਪੂ ਜੀ ਨੂੰ ਸਾਡੇ ਕੋਲ ਇੱਥੇ। ਅਤੇ ਬਾਪੂ ਜੀ ਹੁਣ ਕਰੀਬ ਹੋ ਚੱਲੇ, ਸਾਲ ਕੁ ਦੇ ਕਰੀਬ ਹੋ ਚੱਲੇ ਸਾਡੇ ਕੋਲ ਆਇਆਂ ਨੂੰ। ਇਹਨਾਂ ਦੀ ਅੱਖਾਂ ਦੀ ਲਾਈਟ ਤਾਂ ਡਾਕਟਰ ਕਹਿੰਦੇ ਵਾਪਸ ਨਹੀਂ ਆ ਸਕਦੀ, ਕਿਉਂਕਿ ਅੰਦਰੋਂ ਨਸਾਂ ਬਿਲਕੁਲ ਖਤਮ ਹੋ ਗਈਆਂ ਸੱਟ ਲੱਗਣ ਨਾਲ। ਪਰ ਜਿੰਨੀ ਕੁ ਸੇਵਾ ਮਹਾਰਾਜ ਨੇ ਬਖਸ਼ੀ, ਅੰਜਲੀ ਭੈਣ ਦਾ ਭਰਾ ਵਾ, ਅਤੇ ਇਹ ਵੀਰ ਬਹੁਤ ਸੇਵਾ ਕਰਦਾ, ਸਾਡਾ ਛੋਟਾ ਭਰਾ, ਸਾਰੇ ਮਰੀਜ਼ਾਂ ਦੀ ਜਿੰਨੀ ਹੋ ਸਕਦੀ ਹੈ ਸਾਰਾ ਦਿਨ ਲੱਗਿਆ ਰਹਿੰਦਾ, ਇੱਦਾਂ ਹੀ ਵਲੰਟੀਅਰ ਸਾਡੇ ਜੁਟੇ ਰਹਿੰਦੇ ਆਪੋ ਆਪਣੀਆਂ ਸੇਵਾਵਾਂ ਦੇ ਵਿੱਚ। ਹਾਂ ਬਾਬਾ, ਕਿਆ ਹਾਲ ਹੈ, ਠੀਕ ਹੋ? ਬੈਠੀਏ, ਥੋੜ੍ਹਾ ਬੈਠੀਏ, ਉੱਠ ਕੇ ਬੈਠੀਏ। ਹਾਂ ਬਾਬਾ, ਕਿਆ ਨਾਮ ਹੈ? ਨਾਮ ਇਹ ਭਵਾਨੀਗੜ੍ਹ ਵਾਲਾ ਬਾਬਾ ਕਹਿੰਦੇ ਸੀ ਇਹਨੂੰ। ਬਾਪੂ ਨੂੰ ਜਦੋਂ ਲੈ ਕੇ ਆਇਆ ਸੀ, ਥੁੱਕ ਦਿੰਦਾ ਸੀ ਉੱਤੇ, ਜਦੋਂ ਅਸੀਂ ਗਏ ਸੀ ਉੱਤੇ, ਸ਼ਾਇਦ ਵੀਡੀਓ ਵੀ ਦੇਖੋ, ਬਾਪੂ ਦੇ ਪੈਰ 'ਚ ਕੀੜੇ ਪਏ ਹੋਏ ਸੀਗੇ, ਦੁਕਾਨ ਦੇ ਬਾਹਰ ਹੀ ਪਿਆ ਸੀ ਬਾਪੂ ਥੜੇ ਦੇ ਉੱਤੇ, ਕੋਈ ਵੀ ਇਹਦੇ ਨੇੜੇ ਜਾਂਦਾ ਸੀ ਇਹ ਥੁੱਕ ਦਿੰਦਾ ਸੀ ਉਹਦੇ 'ਤੇ, ਗਾਲਾਂ ਕੱਢਦਾ ਸੀ, ਇੱਦਾਂ ਇੱਦਾਂ ਸਿਰ ਮਾਰਦਾ ਸੀ, ਬਹੁਤ ਜ਼ਿਆਦਾ ਗੁੱਸਾ ਕਰਦਾ ਸੀ। ਅਤੇ ਬਸ ਗੁਰੂ ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਬਾਪੂ ਜੀ ਠੀਕ ਹੋ ਜਾਣ। ਇੱਕ ਸਾਡੇ ਹੁਣ ਪਿੱਛੇ ਜੇ ਬੁਖਾਰ ਨਾਲ ਕਾਫੀ ਬੰਦਿਆਂ ਨੂੰ ਪ੍ਰੋਬਲਮ ਆ ਗਈ ਸੀ, ਅਤੇ ਡੇਂਗੂ 4-5 ਬੰਦਿਆਂ ਨੂੰ ਡਿਟੈਕਟ ਹੋਇਆ ਸੀ ਸਾਡੇ ਡੇਂਗੂ। ਬਾਪੂ ਨਿਸ਼ਾਨ ਸਿੰਘ ਜੀ ਦੇ ਵੀ ਸੈੱਲ ਘੱਟ ਗਏ ਸਾਡੇ ਗ੍ਰੰਥੀ ਸਿੰਘ ਨੇ, ਅਤੇ ਵੀਕ ਇੰਨੇ ਜ਼ਿਆਦਾ ਹੋ ਗਏ ਸੀ, ਇੱਥੋਂ ਡਿੱਗ ਵੀ ਪਏ, ਵਾਸ਼ਰੂਮ ਜਾਣ ਲੱਗੇ, ਅੱਖ 'ਤੇ ਵੀ ਸੱਟ ਲੱਗ ਗਈ। ਸੈੱਲ ਪਹਿਲਾਂ ਕਿੰਨੇ 40,000-30,000 ਹੈਗੇ, 42,000 ਸੈੱਲ ਰਹਿ ਗਏ ਸੀਗੇ ਬਾਪੂ ਦੇ, ਅਤੇ ਹੁਣ ਤਾਂ ਹੈਗੇ ਨੇ 90,000 ਸੈੱਲ, ਦੁਬਾਰਾ ਵੱਧ ਗਏ ਬਾਪੂ ਦੇ ਸੈੱਲ। ਅਤੇ ਇੱਧਰ ਭਵਾਨੀਗੜ੍ਹ ਵਾਲੇ ਬਾਪੂ ਦੇ ਵੀ ਸੈੱਲ ਥੋੜ੍ਹੇ ਘੱਟ ਗਏ ਸੀਗੇ। ਬਾਪੂ ਤਕੜੇ ਹੋ, ਅਤੇ ਬਾਪੂ ਨਿਸ਼ਾਨ ਸਿੰਘ ਜੀ ਸਾਡੇ ਗ੍ਰੰਥੀ ਸਿੰਘ, ਤੁਸੀਂ ਸਾਰੇ ਜਾਣਦੇ ਹੋ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿੱਦਾਂ ਇਹਨਾਂ ਨੂੰ ਸੇਵਾ ਬਖਸ਼ੀ ਆ। ਅਤੇ ਕਾਲਾ ਸਿਆਂ ਕਿਵੇਂ ਆ? ਸਤਿ ਸ਼੍ਰੀ ਅਕਾਲ ਕਾਲਾ ਸਿਆਂ। ਨਾ, ਤੇਰਾ ਆਪਰੇਸ਼ਨ ਹੋ ਜਾਣਾ ਵਾ, ਡਾਕਟਰ ਨਾਲ ਗੱਲ ਹੋ ਗਈ, ਉਹਦਾ ਬਾਈ ਦਾ ਨਾ ਪੱਟ ਟੁੱਟ ਗਿਆ ਸੀ, ਪੱਟ ਟੁੱਟਣ ਇੱਕ ਦੇਖੋ ਕਿੱਡੀ ਘਟੀਆ ਗੱਲ ਆ, ਜਿਹੜੇ ਬੰਦੇ ਨੇ ਗੱਡੀ ਥੱਲੇ ਦੇ ਕੇ ਬਾਪੂ ਦਾ ਪੱਟ ਤੋੜਿਆ, ਉਹ ਤਾਂ ਭੱਜ ਗਿਆ, ਆਪ ਸਿੱਟ ਗਏ ਉਹਨੂੰ ਵਿਚਾਰੇ ਨੂੰ, ਗਰੀਬ ਬੰਦੇ ਦੇ ਨਾ ਪਿੱਛੇ ਨਾ ਕੋਈ ਅੱਗੇ, ਉੱਥੇ ਹੀ ਪਿਆ ਰਿਹਾ। ਫਿਰ ਪਿੰਡ ਦੇ ਸਰਪੰਚ ਨੂੰ ਸੱਦਿਆ, ਉਹ ਲੈ ਕੇ ਗਿਆ ਚੱਕ ਕੇ, ਫਿਰ ਉੱਥੇ ਪਿਆ ਰਿਹਾ ਜਾ ਕੇ ਪਿੰਡ ਦੇ ਵਿੱਚ। ਪਿੰਡ 'ਚ ਕਿੰਨੇ ਕੁ ਦਿਨ ਪਿਆ ਰਿਹਾ ਕਾਲੇ? 5-6 ਦਿਨ ਪਿਆ ਰਿਹਾ, 5-6 ਦਿਨ ਅੰਦਰ ਹੀ ਪਿਆ ਰਿਹਾ। ਕੋਈ ਨਾ ਕਾਲੇ, ਰੋਣਾ ਮੇਰੇ ਮਾਂ ਪਿਓ, ਉਹ ਬਾਬਾ ਨਾਨਕ ਹੈ ਸਾਰਿਆਂ ਦਾ। ਕਾਲੇ ਵਿਆਹ ਨੀ ਕਰਾਇਆ ਸੀ ਤੂੰ? ਵਿਆਹ ਕਰਾਇਆ ਨੀ ਸੀ, ਕਰਾਇਆ ਸੀ ਜਰਾਮ। ਹਾਂ, ਬੱਚਾ ਨੀ? ਨਾ ਜੀ, ਮੇਰੇ ਮੁੰਡਾ ਸੀਗਾ ਜੀ ਇੱਕ, ਉਹ ਸਪਨਾ ਵੱਡੀ ਮਸ਼ੀਨ ਨੀ ਕਪੈਣ ਦੀ ਤੂੜੀ ਕਣਕੇ ਝੋਨਾ ਵੱਢਣ ਵਾਲੀ, ਉਹਦਾ ਡਰਾਈਵਰ ਸੀਗਾ ਜੀ। ਹਾਂਜੀ, ਅਤੇ ਉਹ ਮਰ ਗਿਆ ਸੀਗਾ ਜੀ। ਉਹ ਕਿਵੇਂ ਮਰ ਗਿਆ? ਹਾਂਜੀ, ਉਹ ਬਾਈ ਜੀ ਉਹ ਸਪਨਾ ਉਹਦੇ ਨਾਲ ਤੁਹਾਡੇ ਕੋਲ ਗਿਆ ਸਰਪੰਚ ਸਾਹਿਬ ਕਰਦਾ, ਉਹਨੇ ਆਹਦਾ 80,000 ਰੁਪਇਆ ਜੋੜ ਲਿਆ ਸੀਗਾ, ਜੋੜ ਕੇ ਨਾ ਡੈਡੀ ਵੀ ਆ, ਦੋ ਕਮਰੇ ਆਪਣੇ ਹੈਗੇ ਆ, ਅਤੇ ਇਹ ਆਪਾਂ ਢਾਹ ਕੇ ਅਤੇ ਦੁਬਾਰੇ ਫਿਰ ਨਵੇਂ ਸਿਰ 'ਤੇ ਪਾਉਣੇ ਆ। ਆ ਜਿਹੜਾ ਗੁਰਾ ਸਰਪੰਚ ਨੂੰ ਛੱਡ ਕੇ ਨਹੀਂ ਗਿਆ ਜੀ, ਇਹਨੂੰ ਕਹਿੰਦਾ ਗਿਆ ਤਾਇਆ ਜੀ ਮੇਰੀ ਮਦਦ ਕਰ ਦੇ, ਇਹ ਕਹਿੰਦਾ ਵੀ ਇੱਕ ਕਮਰੇ ਦੀ ਮਦਦ ਮੇਰੀ ਆ, ਤੂੰ ਤੇਰੀ ਆ, ਅਤੇ ਪਹਿਲੇ ਉੱਥੇ ਅਗਲੀਆਂ ਇੱਟਾਂ ਰੋੜੇ ਉਹੀ ਕੰਮ ਦੇ ਜਾਣਗੇ ਆਪਾਂ ਨੂੰ।
नौजवान पुत मर गया है बापू जी मैं टुट गया काले भी घर ही प्यार है अंदर ही हाँ जी अंदर ही प्यार है मेरे कोई नहीं मेरे को आता करता मुड़ के फिर कई हवल जी पता लगा सरपंच के नाम की वो कहते यार कितने लिखे नहीं काला चार कते वो कहते भरावा वो तो करके भी आ गल बन गई तो अंदर पे आ गई फिर दूजे पिंडों जाके चाक के सरपंच ही लाई मैंने दूजे पिंडों भी चाक के लाई इनका फोन की तो उसको ये ना सरपंच साहब था ਗਰਵਾਲ ਸਿੰਘ ਸਰਪੰਚ ਪਿੰਡ ਕਿਹੜਾ ਤੇਰਾ ਭਾਈ ਰਟੌਰ ਰੋਈ ਜੀ ਰਟੌਰ ਰੋਈ ਜ਼ਿਲ੍ਹਾ ਪਿੰਡ ਤੁਹਾਨੂੰ ਤਰਨਤਾਰਨ ਫਿਰੋਜ਼ਪੁਰ ਪਿੰਡ ਹਾਂਜੀ ਫਿਰੋਜ਼ਪੁਰ ਜ਼ਿਲ੍ਹਾ ਜੀ ਕੋਈ ਨਾ ਕਾਲੇ ਭਾਈ ਤੇ ਕੱਲ ਨੂੰ ਭਾਈ ਨੂੰ ਦਾਖਲ ਕਰਾਉਣਾ ਜੀ ਇਹਦੀ ਇਹਦੇ ਪੱਟ ਦਾ ਹਨਾ ਆਪਰੇਸ਼ਨ ਹੋਣਾ ਆ ਬਿਲਕੁਲ ਦੇਖੋ ਤੁਸੀਂ ਇੱਥੋਂ ਪੱਟ ਟੁੱਟਿਆ ਹੋਇਆ ਇਹਨਾਂ ਦਾ ਆ ਹੱਡੀ ਦੇਖੋ ਟੁੱਟ ਕੇ ਕਿੱਦਾਂ ਐ ਹੋਈ ਪਈ ਹੈ ਹਨਾ ਪੱਟ ਅਲੱਗ ਹੋਇਆ ਹੋਇਆ ਬਿਲਕੁਲ ਹੀ ਤੇ ਆ ਦੇਖੋਗੇ ਤੁਸੀਂ ਇੱਦਾਂ ਜਿਹੜੀ ਹੱਡੀ ਆ ਵੀਰ ਦੇ ਪੱਟ ਦੀ ਟੁੱਟੀ ਹੋਈ ਹੈ ਜਮਾਂ ਤੇ ਬਸ ਅਰਦਾਸ ਕਰੇ ਹੋਏ ਠੀਕ ਹੋ ਜਾਏ ਹੋਏ ਹੋਏ ਜੇ ਤੂੰ ਮੈਨੂੰ ਪਛਾਣ ਕੇ ਦੇਖ ਕੇ ਤੁਰ ਕੇ ਆਉਣਾ ਨਾ ਮੇਰੇ ਵੱਲ ਨੂੰ ਬਾਬੇ ਤੇ ਮੈਨੂੰ ਐਂ ਲੱਗਦਾ ਵੀ ਰੱਬ ਹੀ ਤੁਰਿਆ ਆ ਮਨਜੀਤ ਸਿੰਘ ਰੱਬ ਹੀ ਤੁਰਿਆ ਆਉਂਦਾ ਬਿਲਡਿੰਗ ਦੇਖੋ ਜਿਵੇਂ ਇਧਰਲੀ ਅੱਖ ਹੋਈ ਹੋਈ ਹੈ ਉਵੇਂ ਇਧਰਲੀ ਅੱਖ ਵੀ ਏਦਾਂ ਚਿੱਟੀ ਹੋਈ ਹੋਈ ਸੀ ਪਰ ਸੱਚੇ ਪਾਤਸ਼ਾਹ ਮਹਾਰਾਜ ਨੇ ਡਾਕਟਰਾਂ ਨੇ ਪਹਿਲਾਂ ਜਵਾਬ ਦਿੱਤਾ ਸਾਰਾ ਕੁਝ ਕਰਤਾ ਇਹੋ ਜਿਹਾ ਕੌਤਕ ਰਚਿਆ ਤੇ ਅੱਜ ਏਦਾਂ ਅਚਾਨਕ ਹੀ ਮਹਾਰਾਜ ਨੇ ਕਿਰਪਾ ਕੀਤੀ ਸਾਨੂੰ ਅਸੀਂ ਚੈੱਕਅਪ ਕਰਾਇਆ ਡਾਕਟਰ ਕਹਿੰਦੇ ਇਹਨੂੰ ਭੇਜੋ ਅੱਖਾਂ ਦਾ ਆਪਰੇਸ਼ਨ ਹੋ ਜਾਊਗਾ ਪੁਤਲੀ ਉਹਨਾਂ ਨੇ ਪਾਉਣੀ ਸੀਗੀ ਪੁਤਲੀ ਆਰਡਰ ਕੀਤੀ ਸੀਗੀ ਪੁਤਲੀ ਜਿਵੇਂ ਕਿਸੇ ਦੀ ਡੈਥ ਹੋ ਜਾਂਦੀ ਹੈ ਕਿਸੇ ਨੇ ਅੱਖਾਂ ਦਾਨ ਕੀਤੀਆਂ ਹੁੰਦੀਆਂ ਜਦੋਂ ਉਹ ਵਾਲੀ ਪੁਤਲੀ ਪੈਂਦੀ ਹੈ ਪਤਾ ਨਹੀਂ ਉਹ ਕੌਣ ਸ਼ਖਸ ਸੀ ਜਿਹੜਾ ਇਸ ਦੁਨੀਆਂ ਤੋਂ ਚਲਾ ਗਿਆ ਪਰ ਉਹਦੀਆਂ ਅੱਖਾਂ ਕੀਤੀਆਂ ਹੋਈਆਂ ਦਾਨ ਮਨਜੀਤ ਬਾਈ ਦੇ ਕੰਮ ਆ ਗਈਆਂ ਕਿਉਂਕਿ ਕਾਨੂੰਨੀ ਪ੍ਰਕਿਰਿਆ ਪਹਿਲਾਂ ਤਾਂ ਅੱਗੇ ਦੱਸ ਦਿੰਦੇ ਹੁੰਦੇ ਸੀ ਵੀ ਕਿਹਦੀਆਂ ਅੱਖਾਂ ਕਿਹਦੇ ਪੈ ਰਹੀਆਂ ਹੁਣ ਕੋਰਟ ਨੇ ਆਰਡਰ ਕਰਤੇ ਸੀ ਵੀ ਡੋਨਰ ਦਾ ਤੇ ਉਹਦਾ ਪਤਾ ਨਾ ਲੱਗੇ ਇੱਕ ਦੂਜੇ ਨੂੰ ਫਿਰ ਬੰਦੇ ਕੀ ਕਰਦੇ ਘਰੇ ਚਲੇ ਜਾਂਦੇ ਸੀ ਉਹਨਾਂ ਦੇ ਭੋਗ ਤੇ ਚਲੇ ਜਾਂਦੇ ਸੀਗੇ ਵੀ ਉਹਨਾਂ ਦੇ ਬੱਚਿਆਂ ਨੂੰ ਮਾਂ ਪਿਓ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਫਿਰ ਔਕਵਰਡ ਫੀਲ ਹੁੰਦਾ ਸੀ ਕਹਿ ਸਕਦੇ ਹਾਂ ਮਤਲਬ ਫਿਰ ਕਾਨੂੰਨ ਨੇ ਇਹ ਪ੍ਰਕਿਰਿਆ ਕੀਤੀ ਵੀ ਦੱਸਣਾ ਹੀ ਨਹੀਂ ਪਰ ਉਸ ਬੰਦੇ ਦਾ ਬਹੁਤ ਧੰਨਵਾਦ ਆ ਜਿਹੜਾ ਅੱਖ ਡੋਨੇਟ ਕਰਕੇ ਗਿਆ ਤੇ ਮਨਜੀਤ ਬਾਬੇ ਦੀ ਅੱਖ ਦੀ ਲਾਈਟ ਵਾਪਸ ਆ ਗਈ ਹੈ ਦੇਖੋ ਅੱਜ ਇਹ 8 ਸਾਲਾਂ ਬਾਅਦ ਸੱਚੇ ਪਾਤਸ਼ਾਹ ਨੇ ਚਮਤਕਾਰ ਕੀਤਾ ਤੇ ਮਨਜੀਤ ਬਾਬੇ ਦੀਆਂ ਗੁਰੂ ਮਹਾਰਾਜ ਕਿਰਪਾ ਕਰੇ ਆਉਣ ਵਾਲੀ ਜ਼ਿੰਦਗੀ ਦੀਆਂ ਸਫਾਂ ਇੰਨੀਆਂ ਤੰਦਰੁਸਤੀ ਭਰੀਆਂ ਹੋਣ ਚੜ੍ਹਦੀ ਕਲਾ ਵਾਲੀਆਂ ਹੋਣ ਤੁਹਾਡੀਆਂ ਅਰਦਾਸਾਂ ਦੁਆਵਾਂ ਨੇ ਕਰ ਕੋਈ ਨਾ ਬਾਬੂ ਫਿਕਰ ਨਾ ਕਰਿਆ ਕਰ ਜੇ ਉਹਨੇ ਅੱਖਾਂ ਨੂੰ ਦਵਾ ਦਿੱਤੀ ਹੈ ਨਾ ਹੌਲੀ ਹੌਲੀ ਅਗਲਾ ਵੀ ਕਰ ਗਏ ਸੀ ਨਾ ਟਾਂਕ ਟੁੱਟ ਗਿਆ ਸੀ ਆਪਣਾ ਹਾਂ ਹਾਂ ਉਹਨਾਂ ਨੂੰ ਦਵਾ ਲੈ ਕਹਿੰਦੇ ਹੁਣ ਜਦ ਤੱਕ ਟਾਂਕੇ ਨੇ ਕਰਦੇ ਜਦ ਤੱਕ ਸੇਫ ਰੱਖੋ ਦਵਾਈ ਬਰਾਬਰ ਹੋਈ ਫਿਰ ਜਾਲੀ ਪਾਏ ਚੱਲੋ ਉਹਨਾਂ ਦੇ ਟਾਂਕੇ ਵੱਢੇ ਜਾਣ ਕਹਿੰਦੇ ਫਿਰ ਕੋਈ ਟਾਂਕੇ ਆਪਣੇ ਆਪ ਹੋ ਜਾਣਾ ਸਭ ਕੁਝ ਮਹਾਰਾਜ ਜੀ ਉਹ ਜਦੋਂ ਬਾਹੀ ਉਹਨੇ ਫਲ ਦੀ ਕਰ ਲਈ ਵਾਲੇ ਨੇ ਹੈ ਬਹੁਤ ਬਹੁਤ ਤੰਦਰੁਸਤ ਨਾ ਐ ਨਾ ਕਿਹਾ ਕਰ ਤੂੰ ਬਾਬੇ ਨਾਨਕ ਦੀ ਫਲ ਦੀ ਕਰਪਾ ਇਹਦੇ ਵੀਰੇ ਦੇ ਨਾ ਜੀ ਦਵਾਈ ਪੈਂਦੀ ਆ ਦੇਖੋ ਉਹਦੀ ਲਿਸਟ ਬਣੀ ਹੋਈ ਆ ਮਨਜੀਤ ਬਾਈ ਦੀ ਹੈ ਨਾ ਦੇਖੋ ਸਵੇਰੇ 7 ਵਜੇ 8 ਵਜੇ 9 10 11 12 1 2 3 4 5 ਯਾਨੀ ਕਿ ਇੱਕ ਇੱਕ ਘੰਟੇ ਬਾਅਦ ਦਵਾਈ ਪਈ ਜਾਂਦੀ ਹੈ ਦਵਾਈ ਅਤੇ ਸਾਡੀ ਟੀਮ ਦੇ ਮੈਂਬਰ ਬਿਨਾਂ ਹੈ ਨਾ ਮਤਲਬ ਖੁੰਝੇ ਦਵਾਈ ਪਾਉਂਦੇ ਨੇ ਬੱਬਲੂ ਕਿਵੇਂ ਵੀਰੇ ਉਹ ਕੀ ਹਾਲ ਨੇ ਤਿਲਕ ਰਿਹਾ ਤਿਲਕ ਪੈਰੀਆਂ ਤਾਂ ਨਹੀਂ ਲਾ ਦਿੰਦੇ ਭਾਈ ਨਾ ਨਾ ਪੈਰੀਆਂ ਤਾਂ ਤੂੰ ਰੱਬ ਮੈਂ ਪੈਰੀਆਂ ਤੇ ਲਾਉਂਗਾ ਤੇਰੇ ਨਹੀਂ ਨਹੀਂ ਭਾਈ ਇਦਾਂ ਨਹੀਂ ਕਰਨਾ ਜ਼ਖਮ ਬਾਈ ਦੇ ਜਮੇ ਠੀਕ ਹੋ ਗਏ ਜੀ ਜਮੇ ਬਸ ਮਾਮੂਲੀ ਦੇ ਜ਼ਖਮ ਰਹਿ ਗਿਆ ਐਡੇ ਐਡੇ ਜ਼ਖਮ ਸੀ ਹੱਡੀਆਂ ਦੇਣੀਆਂ ਸੀ ਬਾਹਰ ਬਸ ਅਰਦਾਸ ਕਰਿਓ ਕਪੂਰਥਲੇ ਤੋਂ ਜਦੋਂ ਬਾਈ ਨੂੰ ਲੈ ਕੇ ਆਏ ਸੀ ਅੱਜ ਦੇ ਤੇ ਉਦੋਂ ਦੇ ਚਿਹਰੇ ਦੇ ਹਾਵ ਭਾਵ ਹੀ ਬਦਲ ਗਏ ਚਿਹਰੇ ਦੀ ਲਾਲੀ ਆ ਗਈ ਆ ਮਾਸ ਲੱਤਾਂ ਬਾਹਾਂ ਤੇ ਚੜ ਗਿਆ ਜੀ ਤੇ ਇੱਕ ਵਾਰੀ ਤਾਂ ਜਮਾਂ ਹੀ ਉੱਡ ਗਿਆ ਸੀਗਾ ਉਹਦੀ ਕਿਰਪਾ ਹੈ ਸਾਡੀ ਮਾਤਾ ਹਰਭਜਨ ਕੌਰ ਜੀ ਥੋੜ੍ਹੇ ਢਿੱਲੇ ਨੇ ਅੱਜ ਬੁਖਾਰ ਹੋ ਗਿਆ ਅਤੇ ਫੀਵਰ ਕਰਕੇ ਇਹਨਾਂ ਦਾ ਬੇਟਾ ਵੀ ਰਾਜੂ ਦਲਜੀਤ ਸਿੰਘ ਕੋਚਰ ਉਹ ਵੀ ਬਿਮਾਰ ਆ ਜੀ ਦਾਖਲ ਆ ਹਸਪਤਾਲ 'ਚ
ਬਹੁਤ ਸੀਰੀਅਸ ਆ, ਉਹਨੂੰ ਚੈਸਟ ਬਲੌਕ ਹੋਈ ਹੋਈ ਆ ਉਹਦੀ ਬਹੁਤ ਜ਼ਿਆਦਾ, ਹੈ ਨਾ। ਕਿਉਂਕਿ ਇੱਕ ਤਾਂ ਵੀਕ ਬਹੁਤ ਆ, ਇੰਨੇ ਸਾਲਾਂ ਤੋਂ ਮੰਜੇ 'ਤੇ ਹੀ ਆ ਵਿਚਾਰਾ, ਅਤੇ ਬਾਕੀ ਜਿਹੜੇ ਜਿਨ੍ਹਾਂ ਨੂੰ ਜਨਮ ਤੋਂ ਹੀ ਸਮੱਸਿਆ ਹੁੰਦੀ ਆ ਦਿਮਾਗੀ, ਉਹ ਕੁਦਰਤ ਤੋਂ ਇਹਨਾਂ ਦੇ ਜੈਨੈਟਿਕਲੀ ਵੀ ਏਜ ਜਿਹੜੀ ਹੁੰਦੀ ਇਹਨਾਂ ਦੀ ਘੱਟ ਹੀ ਹੁੰਦੀ ਹੈ 35-40 ਸਾਲ ਦੀ ਉਮਰ ਜਾ ਕੇ। ਪਰ ਵਾਹਿਗੁਰੂ ਮਿਹਰ ਕਰਨ, ਅੱਗੇ ਵੀ ਪਹਿਲਾਂ ਵੀ ਬਹੁਤ ਕੰਡੀਸ਼ਨ 'ਚ ਮਾੜੀ ਚਲਾ ਗਿਆ ਸੀ ਬੱਚਾ, ਠੀਕ ਹੋ ਗਿਆ ਸੀ। ਹੁਣ ਵੀ ਤੁਸੀਂ ਅਰਦਾਸ ਕਰਿਓ, ਦਲਜੀਤ ਸਿੰਘ ਰਾਜੂ ਕੋਚਰ, ਮਾਤਾ ਹਰਭਜਨ ਕੌਰ ਕੋਚਰ ਦਾ ਬੇਟਾ ਠੀਕ ਹੋ ਕੇ ਆਵੇ। ਆਈ ਸੀ ਯੂ ਦੇ ਵਿੱਚ ਦੀਪਕ ਹਸਪਤਾਲ ਦੇ ਵਿੱਚ ਵੈਂਟੀਲੇਟਰ 'ਤੇ ਚੱਲ ਰਿਹਾ। ਇੱਧਰ ਬਾਪੂ, ਬਾਪੂ ਸਤਿ ਸ਼੍ਰੀ ਅਕਾਲ, ਨਮਸਤੇ, ਠੀਕ ਹੋ? ਸਿਹਤ ਠੀਕ ਹੈ? ਰਵਿੰਦਰ ਬਾਈ ਕੀ ਹਾਲ ਨੇ? ਓ ਕੁਲਵਿੰਦਰਾ, ਓਏ ਕੀ ਹਾਲ ਨੇ? ਹਰਦੋ ਫੁਲਾਲੇ ਵਾਲਿਆ, ਹਾਂ ਜਾਣਾ ਘਰ ਨੂੰ। ਇਹ ਹਰਦੋ ਫੁਲਾਲੇ ਤੋਂ ਕੁਲਵਿੰਦਰ ਵੀਰਾ, ਹੈ ਨਾ, ਇਹਦੀਆਂ ਬੇਟੀਆਂ ਵਾਂ, ਦੋ ਤਿੰਨ ਬੇਟੀਆਂ, ਦੋ ਬੇਟੀਆਂ ਇੱਕ ਬੇਟਾ, ਹੈ ਨਾ, ਦੋ ਬੇਟੇ ਆ। ਅਤੇ ਐਕਸੀਡੈਂਟ ਹੋ ਗਿਆ ਟਰੈਕਟਰ ਦਾ, ਇੰਨਾ ਵਧੀਆ ਕੰਮ ਆ ਮੁੰਡਾ ਸੀਗਾ, ਕਿਰਾਏ 'ਤੇ ਪਹਾੜੇ 'ਤੇ ਕੰਮ ਕਰਦਾ ਸੀ ਲੋਕਾਂ ਦਾ, ਆਪਦੀ ਖੇਤੀ ਵੀ ਕਰਦਾ ਸੀ। ਐਕਸੀਡੈਂਟ ਹੋਣ ਤੋਂ ਬਾਅਦ ਦਿਮਾਗੀ ਸੰਤੁਲਨ ਵਿਗੜ ਗਿਆ। ਹੁਣ ਮਾਂ ਅਤੇ ਵਾਈਫ ਵਿਚਾਰੀਆਂ ਲਈ ਫਿਰਦੀਆਂ, ਮਗਰ ਮਗਰ ਬੱਚੇ ਤੁਰੇ ਫਿਰਦੇ ਆ। ਬੇਟਾ ਵੱਡਾ ਜਿਹੜਾ, ਜਿਹਨੇ ਹਜੇ ਪੜ੍ਹਨਾ ਸੀਗਾ, ਉਹ ਵੀ ਵਿਚਾਰਾ ਹੁਣ ਇਹਦੇ ਮਗਰ ਮਗਰ ਆਪਣੇ ਬਾਪੂ ਦੇ। ਅਤੇ ਹੁਣ ਵੀਕ ਬਹੁਤ ਹੋ ਗਿਆ ਸੀਗਾ, ਫਿਰ ਮੰਗਾਇਆ ਸੀ 2-4 ਦਿਨਾਂ ਬਾਅਦ। ਹੁਣ ਘਰ ਚਲੇ ਜਾਓ, ਥੋੜ੍ਹੇ ਇੰਜੈਕਸ਼ਨ ਵਗੈਰਾ ਚੱਲਣਗੇ, ਥੋੜ੍ਹੀ ਤਾਕਤ ਪੈ ਜੂਗੀ, ਸਿਆ ਫਿਰ ਵਾਪਸ ਚਲੇ ਜਾਊਗਾ। ਆਹ ਸਾਡੀ ਪ੍ਰਵੀਨ ਬੋਬੀ ਭੈਣ, ਪ੍ਰਵੀਨ ਕਿਵੇਂ, ਤਕੜੀ ਹੈ ਭੈਣੇ? ਬੁਖਾਰ ਹੋ ਗਿਆ ਸੀ, ਹੁਣ ਠੀਕ ਆ ਬੁਖਾਰ? ਚਲੋ ਸ਼ੁਕਰ ਆ ਮਹਾਰਾਜ ਦਾ। ਪ੍ਰਵੀਨ ਭੈਣ ਨੂੰ ਤੁਸੀਂ ਜਾਣਦੇ ਆ, ਪ੍ਰਵੀਨ ਬੋਬੀ ਭੈਣ, ਰਜਨੀ ਭੈਣ ਅਤੇ ਸੁਨੀਤਾ ਭੈਣ, ਤਿੰਨਾਂ ਨੂੰ ਅਸੀਂ ਖੰਨੇ ਤੋਂ ਲੈ ਕੇ ਆਏ ਸੀਗੇ। ਅਤੇ ਇਹਨਾਂ ਦੇ ਫਾਦਰ ਸਾਹਿਬ ਮੱਧੂ ਬਾਬਾ, ਤਿੰਨਾਂ ਚਾਰਾਂ ਜਾਣਿਆਂ ਨੂੰ ਸਾਡੇ ਕੋਲ ਰਹਿੰਦੇ, ਚਾਰ ਹੀ। ਭੈਣ ਨੂੰ ਬੁਖਾਰ ਆ, ਥੋੜ੍ਹਾ ਠੀਕ ਹੋ ਜਾਵੇ ਮਹਾਰਾਜ, ਕਿਰਪਾ ਕਰਨ। ਹਾਂ ਬਾਬੇ, ਸਤਿ ਸ਼੍ਰੀ ਅਕਾਲ, ਕੀ ਹਾਲ ਨੇ ਬਾਪੂ? ਤਕੜਾ, ਕੀ ਨਾਂ ਤੇਰਾ? ਸੇਖਬਾ, ਬੈਠ ਕੇ ਬੈਠ ਜਾਓ ਬਾਬਾ। ਸੇਖੂਬਾ, ਕੀ ਹਾਲ ਹੈ ਬਾਬਾ? ਇਹ ਬਾਪੂ ਨੂੰ ਅਸੀਂ ਲੈ ਕੇ ਆਏ ਸੀਗੇ ਟਿੱਬਾ ਰੋਡ ਤੋਂ। ਬਾਪੂ ਟਿੱਬਾ ਰੋਡ ਤੋਂ, ਹਨਾ ਬਾਪੂ? ਪਿੰਡ ਜਾਣਾ? ਸਾਡੇ ਕੋਲ ਹੀ ਰਹਿਣਾ? ਠੀਕ ਹੈ ਬਾਪੂ। ਦਿਖਾਈ ਦਿੰਦਾ ਹੁਣ? ਥੋੜਾ ਨੇੜੇ ਹੋ? ਇੱਥੋਂ ਹੱਥ ਦਿੰਦਾ ਹੁਣ? ਮੇਰਾ ਬਿਲਕੁਲ ਹੀ ਰੋਸ਼ਨੀ, ਇੱਕ ਰੇਹੜੀ ਸੀਗੀ, ਜਿਵੇਂ ਕੋਈ ਕੁਲਚਿਆਂ ਦੀ ਰੇਹੜੀ ਲਾਉਂਦਾ, ਉਹ ਰੇਹੜੀ ਦੇ ਥੱਲੇ ਪਿਆ ਸੀ ਬਾਪੂ, ਟਿੱਬਾ ਰੋਡ ਦੇ ਉੱਪਰ। ਲੋਕ ਦੱਸਦੇ ਆ, ਪਹਿਲਾਂ ਕਮਾਉਂਦਾ ਸੀ, 4 ਪੈਸੇ ਕੰਮ ਕਰਦਾ ਸੀ, ਤੁਰਿਆ ਫਿਰਦਾ ਸੀਗਾ। ਹੌਲੀ ਹੌਲੀ ਅੱਖਾਂ ਦੀ ਲਾਈਟ ਚਲੇ ਗਈ, ਲੱਤਾਂ ਕੰਮ ਕਰਨੋਂ ਹਟ ਗਈਆਂ, ਅਧਰੰਗ ਦੀ ਸ਼ਿਕਾਇਤ ਹੋ ਗਈ। ਕੋਈ ਨਹੀਂ ਪੁੱਛਦਾ ਇੱਥੇ, ਬਾਪੂ ਵਿਚਾਰਾ ਬਸ ਉੱਥੇ ਪਿਆ, ਉੱਥੇ ਟੋਇਲਟ ਦੇ ਢੇਰ ਲੱਗੇ ਪਏ ਸੀ ਕੋਲੇ ਹੀ, ਕੋਈ ਰੋਟੀ ਦੇ ਜਾਂਦਾ ਸੀ ਤਾਂ ਖਾ ਲੈਂਦਾ ਸੀ ਬਾਪੂ। ਇੱਧਰ ਗੋਕਲ ਬਾਬਾ, ਜੈ ਮਾਂ ਜੈ ਮਾਂ, ਬੋਲ ਕੇ ਬਾਬਾ ਜੈ ਮਾਂ, ਗੋਕਲ ਬਾਬਾ ਜੈ ਮਾਂ, ਗੋਕਲ ਬਾਬਾ ਜੈ ਮਾਂ, ਬੋਲਣਾ ਨੀ ਬੋਲੋ, ਜੈ ਮਾਂ ਬੋਲੋ, ਜੈ ਮਾਂ। ਇਹ ਵੀ ਬਾਪੂ ਨੂੰ ਦਿਖਾਈ ਨਹੀਂ ਸੀ ਦਿੰਦਾ, ਨਾ ਤੁਰ ਸਕਦਾ ਸੀਗਾ। 2017 ਦੇ ਵਿੱਚ ਸਾਨੂੰ ਬਾਪੂ ਮਿਲਿਆ ਸੀਗਾ, ਅਤੇ ਫਿਰ ਹੁਣ 2017 ਤੋਂ ਲੈ ਕੇ ਅੱਜ ਤੱਕ ਸਾਡੇ ਕੋਲ ਆ। ਬਹੁਤ ਵਾਰੀ ਬਿਮਾਰ ਹੋ ਜਾਂਦਾ, ਦਿਮਾਗੀ ਦੌਰਾ ਪੈਂਦਾ ਜਦੋਂ ਹੱਥਾਂ ਪੈਰਾਂ 'ਚ ਆ ਜਾਂਦਾ, ਪਰ ਹੁਣ ਇਹ ਦੌਰਾ ਪੈਂਦਾ ਜਦੋਂ ਮੂੰਹ 'ਤੇ ਸੱਟ ਲੱਗਦੀ ਹੈ, ਇੱਦਾਂ ਹੀ ਡਿੱਗ ਪੈਂਦਾ ਸਿੱਧਾ ਹੀ। ਬਸ ਅਰਦਾਸ ਕਰਿਓ। ਅਜੇ ਕੁਮਾਰ, ਅਜੇ ਕਿਵੇਂ ਆ? ਅਜੇ ਕੁਮਾਰ ਦੀ ਅੱਖ ਦੇ ਵਿੱਚ ਕੀੜੇ ਪਏ ਹੋਏ ਸੀ, ਜਿਵੇਂ ਤੁਸੀਂ ਸਾਰੇ ਜਾਣਦੇ, ਸਾਡੀ ਵੀਡੀਓ ਰਾਹੀਂ ਦੇਖਿਆ ਹੋਣਾ। ਪਿਛਲੇ 3 ਸਾਲਾਂ ਤੋਂ ਅਜੇ ਕੁਮਾਰ ਦਾ ਟ੍ਰੀਟਮੈਂਟ ਸਾਡੇ ਕੋਲ ਚੱਲਦਾ ਇੱਥੇ। ਇਹ ਬੱਚੇ ਦਾ ਪਿੰਡ ਉੱਪਲਾ, ਜੋੜੇ ਉੱਪਲਾ ਪਿੰਡ ਆ ਜੀ, ਅਤੇ ਉੱਥੋਂ ਜਦੋਂ ਸਾਡੇ ਕੋਲ ਸ਼ੁਰੂ 'ਚ ਆਇਆ ਸੀਗਾ, ਇਹਦੀ ਅੱਖ ਗਲੀ ਹੋਈ ਸੀਗੀ ਬਹੁਤ ਜ਼ਿਆਦਾ। ਇੱਥੋਂ ਟ੍ਰੀਟਮੈਂਟ ਸ਼ੁਰੂ ਹੋਇਆ, ਪਹਿਲਾਂ ਤਾਂ ਇਹਨੂੰ ਡਾਕਟਰਾਂ ਨੇ ਇਹ ਕਿਹਾ ਸੀ ਪਤਾ ਨਹੀਂ ਕੈਂਸਰ ਅੱਖ ਦੇ ਵਿੱਚ, ਪਰ ਇੱਥੇ ਟ੍ਰੀਟਮੈਂਟ ਹੋਣ ਤੋਂ ਬਾਅਦ ਪਤਾ ਲੱਗਿਆ ਵੀ ਕੈਂਸਰ ਦੀ ਕੋਈ ਪ੍ਰੋਬਲਮ ਨਹੀਂ ਸੀਗੀ, ਸ਼ੂਗਰ ਕਰਕੇ ਸਮੱਸਿਆ ਸੀਗੀ।
ਫਿਰ ਡਾਕਟਰਾਂ ਨਾਲ ਗੱਲ ਹੋਈ, ਹੱਡੀ ਵੀ ਗਲ ਗਈ ਸੀ ਅੰਦਰੋਂ, ਕੀੜਿਆਂ ਨੇ ਗਾਲਤੀ ਸੀ ਹੱਡੀ ਅੰਦਰ। ਜਦੋਂ ਕੀੜੇ ਲੜਦੇ ਸੀ ਚੀਕਾਂ ਮਾਰਦਾ ਸੀ, ਜਦੋਂ ਅਸੀਂ ਇਹਦੀ ਅੱਖ ਚੋਂ ਕੀੜੇ ਕੱਢਦੇ ਸੀਗੇ ਤੜਫਦਾ ਝੱਲਿਆ ਨਹੀਂ ਸੀ ਜਾਂਦਾ ਬੱਚਾ। ਫਿਰ ਟ੍ਰੀਟਮੈਂਟ ਚੱਲਿਆ, ਸੀ ਐਮ ਸੀ ਹੋਸਪਿਟਲ ਦੇ ਡਾਕਟਰਾਂ ਨੇ ਜ਼ਿੰਮੇਵਾਰੀ ਲਈ ਵੀ ਕਰੀਬ 4 ਅਪਰੇਟ ਹੋਣਗੇ, 5-5.5 ਲੱਖ ਰੁਪਏ ਦਾ ਖਰਚਾ ਆਊਗਾ ਵੀ ਇਹਦੀ ਅੱਖ ਠੀਕ ਹੋ ਜੂਗੀ। ਹੁਣ ਕਿੰਨੇ ਪੇਸ਼ੈਂਟ ਹੋ ਗਏ ਪੁੱਤ? ਪੰਜ ਆਪਰੇਸ਼ਨ ਹੋ ਚੁੱਕੇ ਆ, ਹਜੇ ਵੀ ਇੱਕ ਆਪਰੇਸ਼ਨ ਹੋਣਾ। ਜਿਹੜੀ ਉਹ ਹੱਡੀ ਉਹਨਾਂ ਨੇ ਪਾਈ ਸੀ ਬਣਾ ਕੇ, ਉਹ ਵਿੱਚੋਂ ਗਲ ਗਈ ਸੀ ਨਾ, ਹੁਣ ਉਹ ਕੱਢਣੀ ਹੈ ਕਹਿੰਦੇ, ਫਿਰ ਤੇ ਗ੍ਰਾਫਟਿੰਗ ਕਰਨੀ ਹੈ। ਇੱਥੋਂ ਸਾਰਾ ਮੱਥੇ ਤੋਂ ਮਾਸ ਚੱਕ ਕੇ ਪਹਿਲਾਂ ਉਹਨਾਂ ਨੇ ਥੱਲੇ ਲੈ ਆਉਂਦਾ ਅੱਖ 'ਤੇ, ਫਿਰ ਅੱਖ ਦੇ ਉੱਤੇ ਜਦੋਂ ਮਾਸ ਬਣ ਗਿਆ ਫਿਰ ਚੱਕ ਕੇ ਤਾਂ ਮੱਥੇ 'ਤੇ ਲਾਇਆ ਦੁਬਾਰਾ, ਫਿਰ ਅੱਖ ਦੇ ਥੱਲੇ ਮਾਸ ਬਣਾਇਆ। ਹੁਣ ਹਜੇ ਵੀ ਐਡਾ ਵੱਡਾ ਹੋਲ ਅੱਖ ਦੇ ਥੱਲੇ, ਇਹਦੇ 'ਤੇ ਗ੍ਰਾਫਟਿੰਗ ਹੋਣੀ ਹੈ ਹੈ ਨਾ। ਅਤੇ ਬਸ ਸ਼ੂਗਰ ਦੀ ਸਮੱਸਿਆ, ਹੁਣ ਇਹਦਾ ਡੈਡੀ ਬਿਮਾਰ ਹੋ ਗਿਆ, ਪਿਛਲੇ 5-4 ਮਹੀਨਿਆਂ ਤੋਂ ਮੰਜੇ 'ਤੇ ਪਿਆ, ਉਹਨੂੰ ਦਰੰਗ ਹੋ ਗਿਆ, ਇਹਦਾ ਵੀ ਫਿਕਰ ਬਹੁਤ ਕਰਦਾ। ਅਤੇ ਇਹ ਆਪਣੇ ਫਾਦਰ ਦੇ ਟ੍ਰੀਟਮੈਂਟ ਵਾਸਤੇ ਪਿੰਡ ਗਿਆ ਹੋਇਆ ਸੀਗਾ, ਉੱਥੇ ਗਏ ਦੀ ਇਹਦੀ ਸ਼ੂਗਰ ਇੱਕਦਮ ਜ਼ਿਆਦਾ ਘੱਟ ਗਈ ਜਾਂ ਵੱਧ ਗਈ। ਹੁਣ ਕਿਵੇਂ ਆ ਡਾਕਟਰ ਸਾਹਿਬ, ਆ ਜਾਓ, ਕੀ ਸਮੱਸਿਆ ਕੀ ਆਈ ਸੀ ਇਹਨੂੰ ਜਦੋਂ ਲੈ ਕੇ ਆਏ? ਉਹ ਤਾਂ ਬੜਾ ਇੱਦਾਂ ਕੰਮ ਮੈਂਟਲੀ ਅਪਸੈਟ ਹੋਇਆ ਹੁੰਦਾ ਜਿਵੇਂ, ਸ਼ੂਗਰ ਵਧਣ ਕਰਕੇ ਨਾ ਹਾਂ ਕੀਟੋਨ ਸੇ ਨੂੰ ਚੜ ਜਾਂਦੇ ਆ, ਕੀਟੋਨ ਵਧੇ ਹੋਏ ਸੀਗੇ, ਕੁਝ ਇਦਾਂ ਹੀ ਹੁੰਦਾ ਹੈ। ਤੇ ਸ਼ੂਗਰ ਕੰਟਰੋਲ ਕੀਤੀ, ਉਹਨਾਂ ਕੀਟੋਨ ਵੀ ਠੀਕ ਹੋ ਗਏ ਤੇ ਹੁਣ ਠੀਕ ਹੈ, ਸਾਹ ਵੀ ਠੀਕ ਹੈ, ਹੁਣ ਇਹਦਾ ਸ਼ੂਗਰ ਕੰਟਰੋਲ ਹੈ ਤੇ 200 ਤੋਂ ਨੀਚੇ ਨੀਚੇ ਹੈ। ਠੀਕ ਹੈ ਨਾ ਹੁਣ ਪੁੱਤੂ? ਕੋਈ ਨਾ ਪੁੱਤ, ਹੋ ਜਾਣਾ ਠੀਕ, ਹੋ ਜਾਣਾ। ਮੈਂ ਸਵੇਰੇ ਮੈਂ ਤਾਂ ਡਾਕਟਰ ਕੋਲ ਤੈਨੂੰ ਭੇਜਣ ਲੱਗਿਆ ਸੀ ਵੱਡੇ ਕੋਲੇ, ਫਿਰ ਉਹ ਕਹਿੰਦਾ ਵੀ ਲਿਜਾ ਲੈਣਾ ਉੱਥੇ, ਵੀ ਆਪਾਂ ਇੱਥੇ ਠੀਕ ਆ ਹੁਣ, ਅੱਗੇ ਇਹਨਾਂ ਨੂੰ ਤੂੰ ਸਟੇਬਲ, ਆਪਾਂ ਇੱਥੇ ਇਲਾਜ ਕਰਦੇ ਹਾਂ, ਠੀਕ ਆ, ਕੋਈ ਨਾ ਘਬਰਾ ਨਾ ਤੂੰ। ਇੱਦਾਂ ਵੀ ਅਸੀਂ ਕੋਸ਼ਿਸ਼ ਕਰੀਦੇ, ਸਾਡੇ ਡਾਕਟਰ BMS ਡਾਕਟਰ ਡਾਕਟਰ ਹੈਪੀ ਸਿੰਘ ਜੀ ਅਤੇ ਡਾਕਟਰ ਰਾਹੁਲ ਗੁਪਤਾ ਜੀ ਆ ਸਾਡੇ ਕੋਲ, MD ਮੈਡੀਸਨ ਆ, ਚੈਸਟ ਦੇ ਸਪੈਸ਼ਲਿਸਟ ਨੇ, ਡਾਕਟਰ ਜਸਵਿੰਦਰ ਕੌਰ ਆ ਸਾਈਕੈਟਰੀ ਦੇ ਡਾਕਟਰ ਨੇ, ਸਪੈਸ਼ਲਿਸਟ ਨੇ ਸਾਈਕੈਟਰੀ ਦੇ। ਹੁਣ ਇੱਥੇ ਸਾਡੇ ਕੋਲ ਮੈਡੀਕਲ ਸਟਾਫ ਵੀ ਆ, ਇਹ ਮੁੰਡਾ ਕੀ ਨਾ ਪੁੱਤਰ? ਅਰਮਨ, ਇਹ ਵੀ ਡਿਊਟੀ 'ਤੇ ਆ ਹੈ ਨਾ, ਯਾਨੀ ਕਿ ਮੈਡੀਕਲ ਸਟਾਫ ਦੇ ਵਿੱਚ ਵੀ ਸਾਨੂੰ ਪਰੇਸ਼ਾਨੀ ਆਉਂਦੀ ਹੈ, ਕਿਉਂਕਿ ਸਾਡੇ ਕੋਲ ਵੱਡੇ ਵੱਡੇ ਜ਼ਖਮਾਂ ਵਾਲੇ ਪੇਸ਼ੈਂਟ ਆ ਜਾਂਦੇ ਆ ਜਾਂ ਹੋਰ ਆ, ਜਿਹਦੇ ਕਰਕੇ ਜਿਹੜਾ ਨਰਸਿੰਗ ਸਟਾਫ ਹੈ, ਇੱਕ ਅਸੀਂ ਥੋੜ੍ਹੇ ਜਿਹੇ ਨਵੇਂ ਹਾਂ, ਅਸੀਂ ਕੋਈ ਡਾਕਟਰ ਨਹੀਂ ਹੈਗੇ, ਅਸੀਂ ਕੋਈ ਹੋਸਪਿਟਲ ਨੂੰ ਚਲਾਉਣ ਵਾਲੇ ਨਹੀਂ ਹੈਗੇ, ਸਾਨੂੰ ਮੈਡੀਕਲ ਸਟਾਫ ਨਾਲ ਕਿੱਦਾਂ ਉਹਨਾਂ ਨਾਲ, ਕਿਉਂਕਿ ਹਰ ਚੀਜ਼ ਇਹ ਕਿੱਤਾ ਤਾਂ ਬੜਾ ਜ਼ਿਆਦਾ ਕਮਰਸ਼ੀਅਲ ਹੋਇਆ ਹੋਇਆ ਹੈ ਨਾ, ਬਿਲਕੁਲ ਪੁਆਇੰਟ ਟੂ ਪੁਆਇੰਟ ਗੱਲ ਕਰਨੀ ਹੈ। ਕਰੋੜਾਂ ਰੁਪਈਆ ਡਾਕਟਰ ਕਮਾਉਂਦੇ ਨੇ ਅਤੇ ਉਹ ਬਸ ਇਸ ਤਰੀਕੇ ਨਾਲ ਮਿੰਟਾਂ ਸਕਿੰਟਾਂ ਦੀ ਸੂਈ ਦੇ ਨਾਲ ਚੱਲਦੇ ਨੇ। ਸਾਡੇ ਕੋਲ ਇੱਥੇ ਘੰਟਾ ਅੱਧਾ ਵੱਧ ਲੱਗ ਗਿਆ ਜਾਂ ਘੱਟ ਲੱਗ ਗਿਆ, ਅਸੀਂ ਮਾੜਾ ਕਹਿ ਤਾਂ ਸਟਾਫ ਕੋਈ ਨਾ ਕੋਈ ਸਾਡੇ ਕੋਲ ਚਲੇ ਜਾਂਦਾ। ਅਤੇ ਹੁਣ ਸਾਨੂੰ ਬੇਨਤੀ ਹੈ, ਤੁਹਾਨੂੰ ਸਟਾਫ ਦੀ ਲੋੜ ਆ, ਇੱਕ ਤਾਂ ਸਾਨੂੰ ਜਿਹੜੇ ਮੈਡੀਕਲ ਸਟਾਫ ਦੇ ਵਿੱਚ ਨਰਸਿੰਗ ਸਟਾਫ ਹੁੰਦਾ ਹੈ ਨਾ, ਉਹਨਾਂ ਦੀ 4 ਕੁ ਮੈਂਬਰਾਂ ਦੀ ਲੋੜ ਆ। ਜੇ ਲੋਕਲ ਹੋਣ ਤਾਂ ਬਹੁਤ ਜ਼ਰੂਰੀ ਆ, ਕਿਉਂਕਿ ਜਿਹੜੇ ਸਮੱਸਿਆ ਇੱਕ ਆਉਂਦੀ ਹੈ ਡੇ ਨਾਈਟ ਡਿਊਟੀ ਦੀ, ਹੁਣ ਕਿਸੇ ਨੇ ਰਾਤ ਨੂੰ ਵੀ ਡਿਊਟੀ ਲਾਉਣੀ ਹੈ, ਕਿਸੇ ਨੇ ਸਵੇਰੇ ਲੱਗਣੀ ਆ, ਅਤੇ ਸਾਡੇ ਕੋਲ ਜ਼ਿਆਦਾਤਰ ਭੈਣਾਂ ਆਉਂਦੀਆਂ, ਉਹ ਕਹਿੰਦੀਆਂ ਵੀਰੇ ਵੀ ਮੈਂ ਦਿਨੇ ਡਿਊਟੀ ਲਾ ਲੂੰ ਵੀ ਮੇਰੇ ਬੱਚੇ ਛੋਟੇ ਆ ਜਾਂ ਕਿਵੇਂ ਆ, ਤਾਂ ਉਹ ਸਾਨੂੰ ਫਿਰ ਬੜੀ ਦਿੱਕਤ ਆਉਂਦੀ ਹੈ, ਰਾਤ ਨੂੰ ਡਿਊਟੀ ਲਾਉਣ ਵਾਲਾ ਕੋਈ ਵੀ ਨਹੀਂ ਹੁੰਦਾ ਫਿਰ ਇੱਥੇ। ਅਤੇ ਇੱਕ ਤਾਂ ਇਹ ਇੱਕ ਵਾਰਡ ਬੋਆਏ ਚਾਹੀਦੇ ਸਾਨੂੰ ਹੈ ਨਾ, ਇੱਕ ਪੱਟੀਆਂ ਕਰਨ ਵਾਸਤੇ ਮੁੰਡੇ ਜਿਨ੍ਹਾਂ ਨੂੰ ਪੱਟੀਆਂ ਦੀ ਦਾ ਤਜਰਬਾ ਹੋਵੇ ਪੱਟੀਆਂ ਕਰਨ ਦਾ ਹੈ ਨਾ, ਅਤੇ ਕਿਉਂਕਿ ਹੁਣ ਪੱਟੀਆਂ ਵਾਲੇ ਜ਼ਖਮ ਵੀ ਬਹੁਤ ਹੋ ਜਾਂਦੇ ਆ, ਕਰੀਬ 36-37 ਮੈਂਬਰ ਆ ਜਿਨ੍ਹਾਂ ਦੇ ਪੱਟੀਆਂ ਹੁੰਦੀਆਂ, ਡਰੈਸਿੰਗ ਹੁੰਦੀਆਂ ਲੱਤਾਂ ਬਾਹਾਂ 'ਤੇ ਹੈ ਨਾ, ਤਾਂ ਫਿਰ ਉਹ ਇੱਕ ਮੁੰਡਾ ਇਕੱਲਾ ਉੱਥੋਂ ਸਾਰਾ ਦਿਨ ਪੱਟੀਆਂ 'ਤੇ ਲੱਗ ਜਾਂਦੀ ਹੈ ਦਿਹਾੜੀ ਉਹਦੀ ਵਿਚਾਰੇ ਦੀ। ਅਤੇ ਇਹ ਜ਼ਰੂਰ ਕੋਈ ਵਾਰਡ ਬੋਆਏ ਵੀਰ ਹੋਣ ਜਿਹੜੇ ਜ਼ਿੰਮੇਵਾਰੀ ਨਾਲ ਇੱਥੇ ਸਾਡੇ ਪਰਿਵਾਰਕ ਮੈਂਬਰਾਂ ਦੀ ਸੇਵਾ। ਇੱਕ ਕੈਂਪ ਦੀ ਦਵਾਈਆਂ ਦੀ ਲੋੜ ਆ ਜੀ, ਮੈਡੀਸਨ ਦੀ ਲੋੜ ਆ, ਕਿਉਂਕਿ ਜਦੋਂ ਆਹ ਮਹੀਨੇ ਸ਼ੁਰੂ ਹੋ ਜਾਂਦੇ ਨਾ ਜੀ, ਅਪ੍ਰੈਲ ਮਈ ਜੂਨ ਜੁਲਾਈ ਅਗਸਤ ਤੱਕ ਬਹੁਤ ਸ਼ੋਰਟੇਜ ਆਉਂਦੀ ਹੈ ਦਵਾਈਆਂ ਦੀ ਵੀ ਹੋਰ ਸਮਾਨ ਦੀ ਵੀ, ਕਿਉਂਕਿ ਇਹਨਾਂ ਦਿਨਾਂ 'ਚ ਸੰਗਤ ਬਹੁਤ ਘੱਟ ਜਾਂਦੀ ਆ ਆਉਣੀ। ਅਤੇ NRI ਭੈਣ ਭਰਾ ਹੁੰਦੇ ਜਿਹੜੇ ਜ਼ਿਆਦਾਤਰ ਉਹੀ ਸਪੋਰਟ ਕਰਦੇ ਆ, ਉਹ ਇਹਨਾਂ ਦਿਨਾਂ 'ਚ ਆਉਂਦੇ ਨੀਗੇ, ਅਤੇ ਸਾਨੂੰ ਮੈਡੀਸਨ ਜਿਹੜੀ ਕੈਂਪ ਵਾਲੀ ਆ ਉਹਦੀ ਬਹੁਤ ਸ਼ੋਰਟੇਜ ਆ ਜੀ, ਜ਼ਰੂਰਤ ਆ, ਤੁਸੀਂ ਦੇ ਕੇ ਜਾਇਓ। ਸ਼ਬਦਾ ਛੱਕ ਲਿਆ ਜੀ ਸਾਰਿਆਂ ਨੇ, ਸਤਿ ਸ਼੍ਰੀ ਅਕਾਲ। ਓਏ ਸੁਖਮਨੀ, ਸੁਖਮਨੀ ਆਇਆ ਭੱਜ ਗਿਆ, ਆਇਆ ਭੱਜ ਗਿਆ। ਹੁਣ ਮਾਸਟਰ ਜੀ ਸਤਿ ਸ਼੍ਰੀ ਅਕਾਲ, ਉਹ ਘਲਾਲ ਵਾਲਾ ਮਾਸਟਰ ਤੁਸੀਂ ਹੋ ਘਲਾਲ ਵਾਲੇ? ਉਹ ਮਾਸਟਰ ਜੀ ਮੈਂ ਤਾਂ ਤੁਹਾਨੂੰ ਲੱਭੀ ਜਾਂਦਾ ਸੀ,
ਟਮਾਟਰ ਕਲਾਲਾ ਓ ਰੱਬ ਆ ਗਿਆ ਰੱਬ ਆ ਗਿਆ ਰੱਬ ਪਰ ਪਰ ਨਾ ਦਾ ਕਿਦਾਂ ਠੀਕ ਆ ਠੀਕ ਆ ਠੀਕ ਆ ਹਾਂ ਠੀਕ ਬੁਖਾਰ ਆ ਥੋੜਾ ਜਿਹਾ ਠੀਕ ਆ ਗਿਆ ਤੇ ਉਹ ਦਰਸੀ ਤਾਂ ਵੀ ਬਰਾ ਅੰਦਰਸੀ ਵੀ ਠੀਕ ਆ ਠੀਕ ਆ ਗਿਆ ਭੈਣ ਨੂੰ ਵੀ ਦਿਨ ਦੇ ਪਤਾ ਮਿਲ ਲੈ ਜਾਂਦੀ ਆ ਕਹਿ ਦਿੰਨੇ ਉਹਦੀ ਭੈਣ ਨੂੰ ਫੋਨ ਕਰ ਦਿੰਨੇ ਓਏ ਸੁਖਮਨੀ ਅੱਜ ਸਵੇਰੇ ਸਵੇਰੇ ਮੈਂ ਸੁਖਮਨੀ ਦੇ ਜੀ ਆ ਸੂਟ ਪਾਇਆ ਸਾਨੂੰ ਕੋਈ ਨਾ ਦੇ ਕੇ ਗਿਆ ਕੱਪੜੇ ਥੋੜੇ ਕਿ ਦਿਨ ਪਹਿਲਾਂ ਉਹਦੇ ਵਿੱਚੋਂ ਨਿਕਲ ਸੁਖਮਨੀ ਦੇ ਸੂਟ ਆ ਬਿੱਲੀ ਵਾਲਾ ਕੈਟ ਵਾਲਾ ਕੈਟ ਵਾਲਾ ਸੂਟ ਦਿੱਤਾ ਕਿਸ ਕੇ ਸਾਥ ਇਸਕਾ ਪਪਾ ਨੰਬਰ ਦਿਏ ਥੇ ਉਸਕੇ ਪਪਾ ਮੰਮੀ ਕੇ ਜੈਸੇ ਬੋਲੇ ਥੇ ਹਰਦਮ ਕਰਤੇ ਹੈ ਕਿ ਹਮ ਦੂਸਰਾ ਸ਼ਾਦੀ ਕਰ ਲੇਗਾ ਉਲੇ ਬੋਲੇ ਨਾ ਕੀ ਕੀ ਹੈ ਇਹਦੇ ਘਰ ਦੇ ਕੀ ਕਹਿੰਦੇ ਆ ਪੁੱਛੀਆਂ ਬੋਲੇ ਥੇ ਉਸਨੇ ਸੁਨੇ ਥੇ ਹਾਂ ਸੁਣਤੇ ਸੁਣਤੇ ਬਾਤ ਸੁਣਤੇ ਤੇ ਬੋਲਾ ਕਿ ਉਹ ਪਹਿਲੇ ਰੋਟੀ ਖਾ ਗਈ 12 13 ਰੋਟੀ ਖਾਣੇ ਕੇ ਬਾਅਦ ਫਿਰ ਬਾਤ ਬਤਾਈ ਨੰਬਰ ਦਿਆ ਥੇ ਹਮ ਬਾਤ ਕਰੇ ਥੇ ਹਾਂ ਬੋਲ ਕੀ ਕਹਿੰਦੇ ਆ ਇਨਕਾ ਘਰ ਦਾ ਲੋਕ ਬੋਲਤਾ ਹੈ ਮੰਮੀ ਕਿ ਤੂੰ ਆਏਗਾ ਤੂੰ ਆ ਜਾ तेरा घर वाला शादी करता है तेरे ले करके मैं जा करके केस करूंगी तो मैं बोले कि ये अकेले जाने नहीं पाऊंगा दो लोग आ जाओ उधर से किराए भरा इधर से दिला दूंगी मैं क्यों उन कहो भी आके ले जो कोई जाना कल्ली के मैं जाऊं बच्ची ने लेके आता कल्ली में थोड़ी भेज जाएंगे कैसी कहता है तू हैगा मेरे उधर के आस पास का तू लेकर के आ मैं बोले कि मेरे को तो ये एक मिनट तक मेरे को छुट्टी नहीं होता है तो मैं ले उसको बुलाओ तुम ना के ना आगे पड़ेगा कैसे जाएगा मम्मी मम्मी राती बोला फोन करके ना इतना बात बोला था ना लगे कि हम कौन है लगे थे फोन पे दूसरी बात बोल दिया मम्मी बोला कि दूसरा शादी कर लो हम कैसे दूसरा शादी कर लेगा किस मम्मी बोला था नहीं तुम दूसरा शादी क्यों नहीं कर सकती जब उसने शादी कर लिया दूसरा मेरा माँ ही बोले थे कि दूसरा शादी कर लो तुम्हारे एक नहीं उसने रख के थे उसने हाँ तेरा भी शादी कर दे तेरा जहाँ पे कर देते हैं दूसरा शादी हम कर देते थे ना हम मानते थे लेकिन हमको घर मम्मी के पास भेंट करने के लिए जाते थे ने ठीक है भेज देंगे हम कोशिश करेंगे तेरी मम्मी को जहाँ बुलाने का देखो मम्मी नहीं हम बाबा पड़े थे कोई भाई नहीं तेरा भाई बहन हैं कितने भाई हैं पांच भाई थे पांच भाई नहीं आवे पा रहे थे मेरा भाई नहीं आवे पा रहे थे क्यों नहीं आएंगे देखा नहीं थे भाई के बच्चे पुत्र छुट्टी नहीं भाई का नहीं आवे पा रहे बहन है बहन बहन दो बहन शादी हो गया था इतना बड़ा बड़ा बच्चा है तीन बेटा ये सारी वो बहन ने बेचारी जी ने परिवार भी पीछे सपोर्ट नहीं होते मैं आप बहन सानू मिली थी जे बोला जे मैं दस्या है ना एदा भी नहीं पता ए बहन दा भी पीछे नहीं आ पीछे साडी खड़ी है संजू है ना कुड़ी जाना संजू देवी पारो दी मम्मी पारो पारो आ खेडी जांदी इत्थे ਤੇ ਇਹਦਾ ਵੀ ਵਿਚਾਰੀ ਦਾ ਕੋਈ ਅੱਜ ਆਏ ਸੀ ਮੈਂ ਇਹਨਾਂ ਦੇ ਗਵਾਂਢੀ ਸੀ ਜਿਹੜੇ ਤੇ ਉਹ ਕਹਿੰਦੇ ਜੀ ਇਹਦੇ ਕੋਲੇ 100 ਗਾਇ ਦਾ ਪਲਾਟ ਆ ਮਤਲਬ ਪਰ ਹੁਣ ਪਤਾ ਨਹੀਂ ਵਿਚਾਰੀ ਨਾਲ ਇਹਦਾ ਕੀ ਬੀਤਿਆ ਵਾ ਵੀ ਜਿਹੜਾ ਇੰਨੇ ਸਦਮੇ ਦੇ ਵਿੱਚ ਚਲੇ ਗਈ ਆ ਉਹ ਦੱਸਦੇ ਆ ਵੀ ਇਹਦੀ ਵਿਆਹ ਹੋਇਆ ਹੋਇਆ ਸੀਗਾ ਇਹਦਾ ਨਾਂ ਹੈਗਾ ਇਹਦੀ ਮਾਂ ਦਾ ਨਾਂ ਪਿਤਰੀ ਦੇਵੀ ਆ ਇਹਦੇ ਪਿੰਡ ਦਾ ਨਾਂ ਕੀ ਆ ਡੈਰੀ ਕਿੱਥੇ ਬਣਾਉ ਤੇ ਸੀਤਾਮੜੀ ਜ਼ਿਲ੍ਹੇ ਤੋਂ ਆਏ ਪਿੰਡ ਦਾ ਨਾਂ ਹੈਗਾ ਮਿਰਾਪੁਰ ਹਨਾ ਤੇ ਇਹਦਾ ਵਿਆਹ ਹੋਇਆ ਹੋਇਆ ਸੀਗਾ ਇਹਨੇ ਵਿਆਹ ਹੋਣ ਤੋਂ ਬਾਅਦ ਭੈਣ ਨੇ ਕਿਸੇ ਇਹ ਹਿੰਦੂ ਪਰਿਵਾਰ ਤੋਂ ਆ ਉਹ ਕਹਿੰਦੇ ਜੀ ਇਹਨੇ ਮੁਸਲਿਮ ਪਰਿਵਾਰ ਦੇ ਕਿਸੇ ਲੜਕੇ ਦੇ ਨਾਲ ਇਹ ਪੰਜਾਬ ਆ ਗਏ ਉੱਥੋਂ ਤੇ ਉਹ ਪੰਜਾਬ ਆਏ ਤੇ ਇੱਥੇ ਆ ਕੇ ਉਹਦੇ ਨਾਲ ਰਹੇ ਕਾਫੀ ਟਾਈਮ ਫਿਰ ਉਸ ਤੋਂ ਬਾਅਦ ਉਹਨੂੰ ਛੱਡਤਾ ਫਿਰ ਇੱਥੇ ਕੋਈ ਸਰਦਾਰ ਸੀਗਾ ਮੁੰਡਾ ਬੰਦਾ ਜ਼ਿਮੀਂਦਾਰ ਜੱਟ ਫਿਰ ਉਹਦੇ ਨਾਲ ਰਹਿਣ ਲੱਗ ਗਏ ਭੈਣ ਇਹ 4-5 ਸਾਲ ਉਹਦੇ ਨਾਲ ਰਹੇ ਤੇ ਹੁਣ ਪਤਾ ਨਹੀਂ ਇਹਦੀ ਜ਼ਿੰਦਗੀ 'ਚੋਂ ਕਹਿੰਦੇ ਕੀ ਹੋਇਆ ਕੀ ਨਹੀਂ ਹੋਇਆ ਤੇ ਇਹਨੂੰ ਅਸੀਂ ਇਸ ਹਾਲਾਤ 'ਚ ਹੀ ਦੇਖਿਆ ਫਿਰਦੀ ਨੂੰ ਵੀ ਸੜਕਾਂ ਤੇ ਨਾਲ ਨਿੱਕੀ ਜਿਹੀ ਬੱਚੀ ਨੂੰ ਪਾਰ ਨੂੰ ਲੈ ਕੇ ਘੁੰਮ ਰਹੀ ਸੀ ਤੇ ਹੁਣ ਨਾ ਤਾਂ ਉਹ ਆ ਰਹੇ ਆ ਪਰਿਵਾਰ ਦੇ ਮੈਂਬਰ ਪਿੱਛੇ ਉਹ ਆ ਇਹਦੇ ਮੰਮੀ ਨੂੰ ਗੱਲ ਕੀਤੀ ਡੈਡੀ ਨਾਲ ਗੱਲ ਕੀਤੀ ਉਹਨਾਂ ਨੇ ਅੱਜ ਸਾਨੂੰ ਨੰਬਰ ਵੀ ਮਿਲ ਗਿਆ ਇਹਦੇ ਮਾਂ ਬਾਪ ਦਾ ਯਾਨੀ ਕਿ ਗੁਆਂਢੀਆਂ ਦਾ ਨੰਬਰ ਇਹਨਾਂ ਨੇ ਘਰ ਦਾ ਤੇ ਨਾ ਇਹਦਾ ਪਤੀ ਆ ਰਿਹਾ ਕੋਈ ਵੀ ਨਹੀਂ ਆ ਰਿਹਾ ਪਿੱਛੇ ਹੁਣ ਪਰ ਉਹ ਨਿੱਕੀ ਜਿਹੀ ਆ ਇਹ ਭੈਣ ਸਦਮੇ 'ਚ ਆ ਬਹੁਤ ਜ਼ਿਆਦਾ ਹੈ ਨਾ बस रब भी महाराज कृपा कर सच्चे पातशाह रीता ऐसा करेंगे बात कर बात सुनो मेरी रीता भैन साडी जमा ठीक है हुण पूरा फिक्र करन लग गई आपदे फ्यूचर बारे सीता ऐसी है बात रीता बोल गया मेरा पर दो दिन बोल गए थे कि घर लग नंबर ये घर वाले का नंबर है इसका पापा का नंबर थे शराब तो नहीं पीता वो शराब पीता ना पीता मेरा नहीं फिर ऐसा करते ना अभी शाम को नहीं कल सुबह करेंगे फोन ठीक है 10 बजे फोन मेरे को जार कराना कल 10 बजे फोन करेंगे नंबर संभाल के रखो ठीक है मैं इनका शादी हुआ था हां पारो हां आज मेन का बोला बुढ़ा था
अच्छा उनके साथ में नहीं रहा। बूढ़ा था जो सर, जो बोलते हैं सरदार था वो, हाँ जो सबसे पहले शादी हुआ था, ठीक है, उसको छोड़ के फिर ये वो लड़के मुस्लिम के साथ आ गए। फिर जो सरदार यहाँ का था वो कौन था, कहाँ का था सरदार जिसके साथ थी? ये बोल भी नहीं करता, वो भी नहीं बोला, उनको नहीं पता ना। इसने नाम बताया कुछ? नहीं नहीं, 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 नहीं पता था है। आप वो जाएगा ना जहाँ बेरा रहता था ना मोहल्ले में, वो सरदार लेकर के वो सब पता लगाएगा कि नाम है सरदार का। तो मैं बताएगी वो, देखिए पारो लड़ दिया ना, मेरी मम्मी को बुलाई, इसको बुलाना, नहीं नहीं इसको ओनू कहना, मैं पहन बुलाई इसके हाथ रख दो, पारो सपोर्ट कर दी पूरी आपकी मम्मी दी, ओनू हाथ ना लाओ कोई भी। चलो बैठो मां बैठो, इधर बच्चे साडे लगे हुए ने खेडन, स्पोर्ट्स बॉय स्पोर्ट्स गर्ल, ओ तेरी नू आ भैणा, किसी भैण ने साडी ने रैकेट भेजी सी टेनिस वाले आ की कहिंदे चिड़ी छिक्के वाले है ना, ते सारा दिन शाम नू पढ़ पुढ़ के बच्चे जदों वेहले हुंदे ने ਤਾਂ ਫਿਰ ਘੰਟਾ ਚਿੜੀ ਛਿੱਕੇ ਤੇ ਲਾ ਲੈਂਦੇ ਨੇ, ਗੋਲਡਨ ਫੁੱਟਬਾਲ ਖੇਡ ਰਿਹਾ। ਪ੍ਰੀਤੀ ਉਰਿਆ, ਪ੍ਰੀਤੀ ਉਰਿਆ, ਇਹ ਸਾਡੀ ਪ੍ਰੀਤੀ ਆ ਜੀ, ਹੈ ਨਾ, ਇਹਨੂੰ ਤੂੰ ਨੀ ਆਹ ਪ੍ਰੀਤੀ, ਤੇ ਪ੍ਰੀਤੀ ਨੂੰ ਤੁਸੀਂ ਪਛਾਣਿਆ ਹੋਊਗਾ, ਅਸੀਂ ਦੁਖ ਨਿਵਾਰਨ ਸਾਹਿਬ ਦੇ ਬਾਹਰੋਂ ਇਹ ਬੱਚੀ ਨੂੰ ਲੈ ਕੇ ਆਏ ਸੀਗੇ, ਇਹਦੇ ਮੰਮੀ ਪਾਪਾ ਦੋਨੋਂ ਜੇਲ੍ਹ ਚਲੇ ਗਏ ਨੇ, ਤੇ ਇਹ ਬੱਚੀ ਵਿਚਾਰੀ ਇਕੱਲੀ ਭਟਕ ਰਹੀ ਸੀ ਗੁਰਦੁਆਰਾ ਸਾਹਿਬ, ਰਾਤ ਸੁੱਤੀ, ਦੂਜੀ ਰਾਤ ਫਿਰ ਜਾ ਕੇ ਉੱਥੇ ਮੁਹੱਲੇ ਦੇ ਬਾਹਰ ਸੁੱਤੇ। ਮਾਨਕਿਆਂ ਬਾਰੇ ਵੀ ਸਾਨੂੰ ਪਤਾ ਲੱਗਿਆ ਸੀ। ਹਾਂ ਆ ਗਿਆ ਤੂੰ ਜਸ਼ਨ, ਕਿਵੇਂ ਮੇਰਾ ਪੁੱਤ, ਆ ਗਿਆ ਕੋਕੋ, ਆ ਗਿਆ ਪੱਪੀ, ਕਿਵੇਂ ਆ, ਠੀਕ ਹੈ ਪੱਪੀ, ਤੇ ਪਲੀਜ਼ ਸਾਡੀ ਬੇਨਤੀ ਹੈ ਜੀ, ਸਮਾਧ ਭਾਈ ਕਿਹਨਾਂ ਦੇ ਨਾਨਕੇ ਆ ਬੱਚੀ ਦੇ, ਉਹਨਾਂ ਨੂੰ ਬੇਨਤੀ ਹੈ ਮਾਮਿਆਂ ਨੂੰ ਮਿਲ ਕੇ ਜਾਓ ਬਾਈ ਆ ਕੇ ਯਾਰ, ਜਾਂ ਹੋਰ ਵੀ ਕੋਈ ਇਹਦੇ ਜਾਣਕਾਰ ਆ ਪ੍ਰੀਤੀ ਦੇ ਸਾਡੀ ਦੇ, ਕੋਈ ਚਾਚਾ ਤਾਇਆ ਕੋਈ ਭੂਆ ਕੋਈ ਮਾਸੀ, ਪਲੀਜ਼ ਮਿਲ ਕੇ ਜਾਓ ਬਾਈ ਆ, ਠੀਕ ਹੈ। ਮਾਂ ਬਾਪ ਜੇਲ੍ਹ ਚਲੇ ਗਏ, ਉਹਨਾਂ ਨੇ ਕੋਈ ਗਲਤੀ ਕੀਤੀ ਹੈ, ਬੱਚੀ ਦੇ ਕੀ ਗਲਤੀ ਕੀਤੀ ਹੈ, ਫੁੱਲ ਵਰਗੀ ਬੱਚੀ ਆ, ਇਹਨੇ ਕੀ ਮਾੜਾ ਕੀਤਾ ਕਿਸੇ ਦਾ, ਪਲੀਜ਼ ਮਿਲ ਕੇ ਜਾਓ ਕੋਈ। ਬਾਕੀ ਦਵਾਈਆਂ ਦੀ ਲੋੜ ਆ ਜੀ, ਕੈਂਪ ਹੁਣ ਆਪਣਾ 25 ਤਰੀਕ ਨੂੰ ਆ ਰਿਹਾ, ਅੱਜ ਕਿ 20 ਤਰੀਕ ਹੋ ਗਈ ਅੱਜ, ਤੇ 25 ਤਰੀਕ ਦਾ ਕੈਂਪ ਆ, 5 ਦਿਨ ਰਹਿ ਗਏ ਜੀ। ਮੈਡੀਸਨ ਹਜੇ ਸਾਡੇ ਕੋਲ 20-25% ਹੀ ਆਈ ਆ, ਤੇ ਦਵਾਈਆਂ ਜ਼ਰੂਰ ਪਹੁੰਚਦੀਆਂ ਕਰੋ। ਅੱਜ ਵੀ ਜੀਵਨ ਮੈਡੀਕਲ ਤੋਂ ਫੋਨ ਆਇਆ ਸੀ ਸਾਨੂੰ, ਵੀਰਾ ਕਹਿੰਦਾ ਸੀਗਾ ਅਮਨ ਵੀ ਪੈਸੇ ਥੋੜ੍ਹੇ ਭੇਜ ਦਿਓ ਦਵਾਈਆਂ, ਪਿਛਲੇ ਕੈਂਪ ਦੀ ਦਵਾਈ ਦਾ ਬੈਲੈਂਸ, ਕਿਉਂਕਿ ਅਸੀਂ ਅੱਗੇ ਦੀ ਅੱਗੇ ਲਈ ਜਾਂਦੇ ਹੁੰਦੇ, ਇੱਕ ਕੈਂਪ ਦੀ ਦਵਾਈ ਦਾ ਬੈਲੈਂਸ ਖੜਾ ਰਹਿ ਜਾਂਦਾ। ਅਤੇ ਬਾਕੀ ਪਿੱਛੇ ਤੁਸੀਂ ਦੇਖਦੇ ਹੋ ਸੁਪਨਿਆਂ ਦੇ ਘਰ ਦੀ ਬਿਲਡਿੰਗ ਦਾ ਕੰਮ ਚੱਲ ਰਿਹਾ, ਆਪਾਂ ਨੂੰ ਸਰੀਏ ਦੀ ਲੋੜ ਆ, ਅਤੇ ਸੀਮੈਂਟ ਹੈਗਾ ਵਾ, ਰੇਤੇ ਦੀ ਅਤੇ ਬਜਰੀ ਦੀ ਲੋੜ ਆ, ਇਹ ਜ਼ਰੂਰ ਧਿਆਨ ਦਿਓ। ਪਾਰੋ ਦਾ ਸਾਈਕਲ ਫਸ ਗਿਆ ਪਾਰੋ ਦਾ ਸਾਈਕਲ, ਅਤੇ ਬਸ ਇਸ ਬੱਚੀ ਵੱਲ ਦੇਖ ਕੇ, ਇਹਨਾਂ ਸਾਡੇ ਛੋਟੇ ਛੋਟੇ ਬੱਚਿਆਂ ਵੱਲ ਦੇਖ ਕੇ ਅਰਦਾਸ ਕਰਿਓ, ਸੁਪਨਿਆਂ ਦੇ ਘਰ ਦੀਆਂ ਹਮੇਸ਼ਾ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਰੱਖਣ, ਸਾਨੂੰ ਤੰਦਰੁਸਤੀਆਂ ਬਖਸ਼ਣ, ਅਸੀਂ ਇਹ ਸੇਵਾ, ਹਾਂ ਆ ਗਿਆ ਰੱਬ ਨੇ ਆਤਮਾ ਲਿਆ ਰੱਬ ਨੇ, ਹਾਂਜੀ ਸੁਖਮਣੀ ਸੁਖਮਣੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।